ਵੀ ਮੈਂ ਸਿੰਗਰ ਬਣਾ। ਸੋ ਪਹਿਲਾਂ ਲਿਖਣਾ ਸ਼ੁਰੂ ਕੀਤਾ, ਪਹਿਲਾਂ ਗਾਣਾ ਸ਼ੁਰੂ ਕੀਤਾ। ਮੈਂ ਗਾਉਣਾ ਪਹਿਲਾਂ ਸ਼ੁਰੂ ਕੀਤਾ ਜੀ, ਰਾਈਟਰ ਮੈਂ ਹਲਾਤਾਂ ਨੇ ਬਣਾਇਆ। ਇਹਦੇ ਸਿਰਫ ਕਿਤਾਬੀ ਗੱਲਾਂ ਨਹੀਂ ਕਿ ਬੰਦਾ ਕਿਸਮਤ ਆ ਬਣਾ ਸਕਦਾ, ਪਰ ਕੀ ਔਕਾਤ ਹੈ ਬੰਦੇ ਦੀ ਮਰਜ਼ੀ ਨਾਲ ਲੈ ਨਹੀਂ ਸਾਹ ਸਕਦਾ। ਕਹਿੰਦਾ ਕੁਝ ਕੋਈ ਭੇਦ ਨਹੀਂ ਉਸ ਦੀ ਦੁਨੀਆ ਦੇ, ਕਈ ਜੰਮ ਦੇ بڑے ਅਮੀਰਾਂ ਦੇ ਕਿਤੇ ਹੱਥੋਂ ਗਦਾਤੀ ਛੁੱਟਦੀ ਨਾਲ ਤੇ ਕਿਤੇ ਭਰੇ ਕਿਸੀਆਂ ਦੀ। ਕੁਝ ਨਹੀਂ ਹੱਥ ਬਸ ਬੰਦੇ ਦੇ ਜਿਹੜਾ ਵਿਕਦਾ ਉਹਦੇ ਭਾਅ ਲੱਗਦੇ, ਸਾ ਕਿਸੇ ਕਿਸੇ ਦਾ ਲੱਗਦਾ ਇੱਥੇ ਜਾਦੇ ਵੀਰੇ ਦਾ ਲੱਗਦਾ। ਸੁਖ ਨਾਲ ਪੈਂਤੀਓ ਪੱਲਸ ਹੋ ਗਏ ਵੇ ਛੱਡਦੇ ਆ ਮੋੜਾਂ ਉੱਤੇ ਲਾਉਣੇ ਮੋਰਚੇ ਆਹ ਦਾੜੀ ਵਿੱਚ ਕੋਈ ਕੋਈ ਚਿੱਟਾ ਜਾਗਦਾ ਪਰ ਫਰਕ ਨਹੀਂ ਪਿਆ ਮਿੱਤਰਾਂ ਦੀ ਤੌਰ ਤੇ ਸ਼ੇਖ ਚਿੱਲੀ ਵਾਂਗੂ ਵੇ ਪਕਾਈ ਜਾਂਨੇ ਹੋ ਸ਼ੇਖ ਚਿੱਲੀ ਵਾਂਗੂ ਵੇ ਪਕਾਈ ਜਾਂਨੇ ਹੋ ਫੂਸ ਨਾਲ ਜਿੰਨੇ ਵੀ ਪਕਾਈ ਦੇ ਵੜੇ ਮੈਂ ਕਹੂੰ ਨਾ ਗੁਣਕਾਰੀ ਢਾਬਰ ਦਾ ਸ਼ਹਿਦਨੀ ਜਿੰਨੇ ਗੁਣਕਾਰੀ ਬੀਬਾ ਹੁੰਦੇ ਐ ਛੜੇ ਕੁੜੀ ਦੇ ਬੋਲ ਸੀ ਮੈਂ ਕਾਲਜ ਵੀ ਆ ਸਕਦੀ ਨਹੀਂ ਮੇਰੀ ਤਾਂ ਪੁੱਗਦੀ ਨਾ ਮੇਰਾ ਹੋਰ ਪੜ੍ਹਨੋਂ ਜੀ ਕਰਦਾ ਬੇਬੇ ਨਾ ਕਰਦੀ ਹਾਂ ਉਹ ਕਹਿੰਦਾ ਮੈਂ ਬੀਏ ਕਰਨੀ ਓਪਨ ਦੀ ਘਰਦਿਆਂ ਨੂੰ ਜਾ ਕੇ ਕਹੇ ਤੂੰ ਟਿਊਸ਼ਨ ਦਾ 5 ਲਾ ਕੇ ਨਹੀਂ ਮਿੱਤਰਾਂ ਨੂੰ ਮਿਲਦੀ ਰਹੇ ਉਹਨਾਂ ਪ੍ਰੋਫੈਸਰ ਸਾਹਿਬ ਦਾ ਮੇਰੇ ਕੋਲ ਫੋਨ ਆਇਆ ਉਹ ਕਹਿੰਦੀ ਬੇਟਾ ਕਾਲਜ ਤਾਂ ਭੰਡੀ ਜਾਂਦੇ ਤੁਸੀਂ ਬਹੁਤ ਛੋਟੀ ਉਮਰ ਦੀ ਤੇ ਮੈਂ ਸੀ ਵੀ ਛੋਟੀ ਉਮਰ ਦਾ ਜਾਣਾ ਬੱਚਾ ਸੀ ਨਹੀਂ ਪਤਾ ਸੀ ਸਿਲੈਕਸ਼ਨ ਕੀ ਹੈ ਤੇ ਪਰ ਕਹਿੰਦੀ ਹੁਣ ਟਿਊਸ਼ਨ ਤੱਕ ਵੀ ਪਹੁੰਚ ਗਈ ਸੱਚ ਜਾਣੇ ਮੈਂ ਮਾਫੀ ਚਾਹ ਰਾਂ ਸਰੋਤਿਆਂ ਤੋਂ ਕਿ ਮੈਂ ਉਹ ਗਾਇਆ ਮੈਂ ਲੱਚਰ ਤਾਂ ਤਾਂ ਸ਼ੁਰੂ ਤੋਂ ਵੱਡੇ ਕਲਾਕਾਰਾਂ ਨੇ ਜਿਨ੍ਹਾਂ ਨੂੰ ਆਪਾਂ ਕੰਨਾਂ ਨੂੰ ਹੱਥ ਲਾ ਕੇ ਜਿਨ੍ਹਾਂ ਦਾ ਨਾਮ ਲੈਨੇ ਆ ਮੁਹੰਮਦ ਸਰੀਕ ਸਾਹਿਬ ਬਿਲਕੁਲ ਉਹਨਾਂ ਦੇ ਬੜੇ ਪਰਿਵਾਰਿਕ ਗਾਣੇ ਸੀ ਪਰ ਇੱਕ ਗਾਣਾ ਅੱਜ ਵੀ ਮੈਨੂੰ ਲੱਚਰ ਲੱਗਦਾ ਹੈ ਉਹਦੇ ਬੋਲ ਸੀ ਤੇਰੇ ਵੀਰ ਦੀ ਦਿਉਰਾ ਬੇ ਸੁਨਾਮਾ ਤੈਨੂੰ ਗੱਲ ਵੀ ਮੈਂ ਪਰਸੋਂ ਵਿਆਹੀ ਤੇ ਉਹ ਤੁਰ ਗਿਆ ਕੱਲ ਮੇਰੇ ਦਿਲ ਤੇ ਜੋ ਬੀਤੇ ਕੌਣ ਜਾਣਦਾ ਵੇ ਘਰੇ ਫਿਰੇ ਨੂੰ ਕੁਵਾਰਾ ਮੇਰੇ ਹਾਨ ਦਾ ਮਾਨਕ ਸਾਹਿਬ ਦੇ ਬਾਪੂ ਦੇਵ ਤਰੀਕਿਆਂ ਵਾਲਾ ਸਾਹਿਬ ਬਹੁਤ ਵੱਡਾ ਰਾਹ ਹੈ ਬਹੁਤ ਉਹਨਾਂ ਨੇ ਘੈਂਟ ਗੱਲਾਂ ਬਤਾ ਲਿਖੀਆਂ ਤੇ ਪਰ ਉਹਨਾਂ ਚ ਵੀ ਜਨਾਨੀ ਦੇ ਸਾਰੇ ਅੰਗਾਂ ਨੂੰ ਐ ਸ਼ੋ ਕੀਤਾ ਗਿਆ ਸ਼ਾਤੀ ਤਖਤ ਲਾਹੌਰ ਦਾ ਤੇਰੀ ਛੇ ਨਾਲ ਇੱਕ ਆਮ ਹੀ ਤੁਹਾਨੂੰ ਬੱਸਾਂ ਦੇ ਵਿੱਚ ਇੱਕ ਲਿਖੀ ਮਿਲਦੀ ਹੁੰਦੀ ਹੈ ਲਾਈਨ ਪਹਿਲਾਂ ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ ਰਿਸ਼ਤੇ ਪੱਕੇ ਸੀ ਇਨਸਾਨ ਸੱਚੀ ਸੀ ਹੁਣ ਬੰਦਾ ਇਥੋਂ ਤੇ ਇਥੋਂ ਅਲੱਗ ਲੱਗੇ ਡਬਲ ਫੀਸ ਹੈ ਮੈਂ ਲਿਖਿਆ ਸੀ ਮੌਸਮ ਵਾਂਗੂ ਸ਼ਾਇਦ ਬਦਲਣਾ ਸਾਨੂੰ ਨਹੀਂ ਆਉਂਦਾ ਇੱਥੇ ਪੈਰ ਪੈਰ ਤੇ ਲੋਕ ਦੋਸਤਾ ਰੰਗ ਬਦਲਦੇ ਨੇ ਪਈ ਮੁਸੀਬਤ ਬਾਗ ਬਰੋਲੇ ਹਿੰਮਤ ਉੱਡ ਜਾਂਦੀ ਇੱਥੇ ਖੁਸ਼ੀਆਂ ਵਾਲੇ ਕਮਲਿਆ ਸੋ ਸੋ ਢੰਗ ਬਦਲਦੇ ਨੇ ਕਹਿੰਦਾ ਛੱਟਦੇ ਖੜਾ ਹੈਰੀ ਵਾਂਗ ਤਾਰਿਆਂ ਟੁੱਟ ਜੇਗਾ ਇਹ ਤਾਂ ਲੋੜ ਪੈਣ ਤੇ ਲੋਕ ਦੋਸਤਾ ਚੰਦ ਬਦਲਦੇ ਵੀ ਬੋਟਾ ਪਿਛੋਂ ਨਾ ਤੇਰੀ ਸਾਰ ਲੈਣੀ ਨਾ ਜਿੰਨਾ ਪਿੱਛੇ ਫਿਰਦਾ ਘਸਾਉਂਦਾ ਜੁੱਤੀਆਂ ਕਿਹੜੇ ਤੋਂ ਵਿਕਾਸ ਵਾਲੇ ਹੜਪਾ ਰਹੇ ਨੇ ਉਹ ਚੋਰਾ ਨਾਲ ਰਲੀਆਂ ਹੋਈਆਂ ਨੇ ਕੁੱਤੀਆਂ ਕਹਿੰਦਾ ਥੋੜੇ ਜਿਹੀ ਮਹੀਨਿਆਂ ਦੀ ਗੱਲ ਮਿੱਤਰਾ ਦਿੱਲੀ ਵੱਲ ਗਿਆ ਬੈਰੀਕੇਟ ਤੋੜਦਾ ਹਰੀ ਦਸਤਾਰ ਦਾ ਸਿਰੋਵ ਵੱਖਰਾ ਸੜਕਾਂ ਤੇ ਪੈਂਦਾ ਸੀ ਅੜਾਟ ਫੋੜਦਾ ਕਹਿੰਦਾ ਉਹੀ ਦਸਤਾਰ ਦੀ ਨੇ ਰੰਗ ਬਦਲੀ ਪੁੱਛੇ ਜੇ ਕੋਈ ਤੈਨੂੰ ਸਾਰ ਦਿੰਨਾ ਹੈ ਹੱਸ ਕੇ ਕਿਵੇਂ ਦੱਸ ਬਦਲੂ ਸਮਾਜ ਮੂਰਖਾ ਤੂੰ ਹੀ ਫਿਰ ਚੜਿਆ ਰੈਲੀ ਦੀ ਬਸਾਂ ਰਿਸ਼ਤੇ ਤਾਂ ਕਿੰਨਾ ਕੁ ਫਤਪਾਨ ਹੈ ਭਾਈ ਜੀ ਦੌੜ ਹੀ ਪੈਸੇ ਦੀ ਲੱਗੀ ਹੋਈ ਹੈ ਰਿਸ਼ਤੇ ਤਾਂ ਖਤਮ ਹੀ ਪੈਸੇ ਨੇ ਕਰਤੇ ਆਪਣਾ ਕੋਈ ਦੂਰ ਦਾ ਰਿਸ਼ਤੇਦਾਰ ਗਾਂਜ ਜੱਜ ਲੱਗਿਆ ਉਹ ਬੰਦਾ ਉਹਦਾ ਦੱਸੂਗਾ ਜੱਜ ਭਾਉ ਪੁੱਛਦਾ ਨਾ ਹੋਵੇ ਜੱਜ ਦੇ ਸਕਿਉਰਟੀ ਗਾਰਡ ਵੀ ਨਾ ਬਣਾਉਂਦੇ ਹੁਣ ਤੇ ਜੇ ਕੋਈ ਨੇੜ ਦਾ ਜਮਾ ਸਕਾ ਚਪੜਾਸੀ ਲੱਗਿਆ ਬੰਦਾ ਦੱਸਦਾ ਨਹੀਂ ਕਿਉਂਕਿ ਸਟੇਟਸ ਲੋ ਹੁੰਦਾ ਹੈ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਅੱਜ ਫੇਰ ਇੱਕ ਗੈਸਟ ਆਏ ਨੇ ਹਾਂਜੀ ਕਲਾਕਾਰ ਨੇ ਕਲਾ ਦੇ ਕ੍ਰਿਤ ਕਰਦੇ ਨੇ ਸਿੰਗਲ ਮੇਕ ਰਾਈਟਰ ਵੀ ਨੇ ਤੁਹਾਨੂੰ ਪਤਾ ਹੈ ਜਿਹੜੇ ਆਪਣੇ ਪੰਜਾਬੀ ਕਲਾਕਾਰ ਹੁੰਦੇ ਨੇ ਸਰਵਗੁਣ ਸੰਪੰਨ ਹੁੰਦੇ ਨੇ ਸਾਡੇ ਨਾਲ ਜਿਹੜੇ ਗੈਸਟ ਨੇ ਉਹਨਾਂ ਦਾ ਨਾਮ ਐਸੇ ਦੱਸਣ ਦੀ ਲੋੜ ਨਹੀਂ ਪਰ ਜਿਵੇਂ ਆਪਣੀ ਰੀਤ ਹੈ ਆਪਾਂ ਚੈਨਲ ਤੇ ਰੀਤ ਪਾਈ ਹੋਈ ਹੈ ਨਾਮ ਉਹਨਾਂ ਦਾ ਉਹਨਾਂ ਤੋਂ ਹੀ ਪੁੱਛਾਂਗੇ ਭਾਈ ਸਸਰੀ ਗਰ ਭਾਈ ਸਸਰੀ ਗਰ ਮੈਂ ਤੁਹਾਡਾ ਫੜਾ ਖੈਰੀ ਹਰਮਨ ਤੇ ਸਾਰੇ ਚੈਨਲ ਦੇਖਣ ਵਾਲੇ ਸਰੋਤਿਆਂ ਨੂੰ ਮੇਰਾ ਪਿਆਰ ਭਰੀ ਸਸਰੀ ਗਰ ਹਰਮਨ ਭਾਜੀ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਵੈਲਕਮ ਥੈਂਕ ਯੂ ਸਰ ਲੇਕਿਨ ਸ਼ੁਰੂਆਤ ਕਰਾਂਗੇ ਜਿਹੜਾ ਨਵਾਂ ਗਾਣਾ ਆਉਣ ਵਾਲਾ ਹੈ ਨਮਕ ਕੀ ਨਾਮ ਹੈ ਗਾਣੇ ਦਾ ਕਿਹਦੇ ਨਾਲ ਕੀਤਾ ਹੈ गाने ਦਾ ਨਾਮ ਹੈ ਸਰ ਛੜਾ ਜੀ ਤੇ ਗਾਣਾ ਆਪਣਾ 12 April ਨੂੰ ਕੱਲ ਨੂੰ 4 ਵਜੇ Dips melodies ਦੇ ਚੈਨਲ ਤੇ ਆ ਰਹੇ ਓਕੇ ਕਿਰਨ ਸ਼ਰਮਾ ਮੈਡਮ ਨੇ ਮੇਰੇ ਨਾਲ ਗਾਇਆ ਜਿਵੇਂ ਪਹਿਲਾਂ ਮੇਰੇ ਨਾਲ ਗਾਣੇ ਉਹਨਾਂ ਨੇ ਗਾਏ ਹੂੰ ਤੇ ਬਲੈਕ ਲਾਈਫ ਸਟੂਡੀਓ ਦਾ 뮤직 ਹੈ ਜੀ ਹਰਿਆਣੇ ਦੇ ਪ੍ਰਿੰਸਪਾ ਜੀ ਨੇ ਬਹੁਤ ਕੈਂਟ ਵੀਡੀਓ ਕੀਤੀ ਹੈ ਸ਼ਿੰਦਾ ਅਦੀਵਾਰ ਔਰ ਮੈਡਮ ਗਗਨ ਜੋ ਇੰਸਟਾਗ੍ਰam ਤੇ ਕਾਫੀ ਵਾਇਰਲ ਹੈ ਉਹਨਾਂ ਨੇ ਵਿੱਚ ਐਕਟ ਕੀਤਾ ਸਾਡੇ ਪਾਲਵਿੰਦਰ ਸ਼ਰਮਾ ਜੀ ਉਹਨਾਂ ਨੇ ਐਕਟ ਕੀਤਾ ਸੋਹਣੀ ਵੀਡੀਓ ਬਣੀ ਹੋਈ ਓਕੇ ਵੀਡੀਓ ਦਾ ਅੱਜ ਆਪਾਂ ਇਹ ਸਾਰੀਆਂ ਚੀਜ਼ਾਂ ਨਹੀਂ ਦਿਖਾ ਨਹੀਂ ਪਾਵਾਂਗੇ ਕਿਉਂਕਿ ਹਲੇ ਗਾਣਾ ਰਿਲੀਜ਼ ਨਹੀਂ ਹੋਇਆ ਭਾਈ ਹੁਣ ਗੱਲਾਂ ਨੇ ਕਿ ਤੁਹਾਡੇ ਬਾਰੇ ਗੱਲ ਕਰਦੇ ਗਾਣੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਕਿੱਥੋਂ ਲਾਈਫ ਸ਼ੁਰੂ ਹੋਈ ਕਿਵੇਂ ਇਸ ਇੰਡਸਟਰੀ ਦੇ ਵਿੱਚ ਐਂਟਰੀ ਹੋਈ ਯਾ ਕਿੱਥੋਂ ਉਹ ਮਿਲਿਆ ਇੱਕ ਕਹਿੰਦੇ ਨੇ ਇੱਕ ਜੋਤੀ ਜੱਗੀ ਇੱਕ ਭਾਵਨਾਵਾਂ ਜੱਗਿਆ ਕਿ ਜੀ ਮੈਂ ਇਸ ਕੰਮ ਇਸ ਕਿੱਤੇ ਦੇ ਵਿੱਚ ਆ ਰਾਂ ਲਾਈਫ ਸ਼ੁਰੂ ਹੋਈ ਮਾਦੀ ਕੋਖੋਂ ਪਿੰਡ ਟੱਪੀ ਦੇ ਵਿੱਚ ਨਹੀਂ ਇਸ ਲਾਈਨ ਜੌਣ ਦਾ ਸਬੱਬ ਜਦੋਂ ਕਿਸੇ ਨੂੰ ਮੈਂ ਟੀਵੀ ਤੇ ਦੇਖ ਲਿਸਦਾ ਸੀ ਵੀ ਆਹ ਸਿੰਗਰ ਆ ਉਹਦੇ ਪ੍ਰੋਪਰ ਡਰੈਸ ਪਾਈਆ ਚਾਦਰਾਂ কুর্তা ਮੈਨੂੰ ਇਹਨੂੰ ਦਸੀ ਕਿ ਮੇਰੇ ਕਦੋਂ ਪਾਇਆ ਉਹ ਓਕੇ ਫਿਰ ਘਰ ਦੇ ਰਾਜੀ ਨਹੀਂ ਸੀ ਚਾਦਰਾਂ কুর্তা ਨੇ ਮਜਾਇਆ ਕਿ ਇੱਕ ਹੀ ਕਿਤਾ ਸਾਦੇ কুরਤੇ ਨੇ ਮਜਾਇਆ ਜੀ ਫਿਰ ਘਰ ਦੇ ਰਾਜੀ ਨਹੀਂ ਸੀ ਮੈਂ ਇਸ ਲਾਈਨ ਚ ਆ ਤੇ ਫਿਰ ਮੈਂ ਧਾਰਮਿਕ ਪਾਸਿਓਂ ਸ਼ੁਰੂ ਕੀਤਾ ਇੱਥੋਂ ਤੱਕ ਆ ਜੇ ਮੈਂ ਗਲਤ ਨਹੀਂ ਆ ਤੁਸੀਂ ਬਾਂਮਣਾ ਦੇ ਮੁੰਡਿਆ ਜਵਾਬ ਪੰਜਾਬੀ ਸੀ ਕਹਿੰਦੇ ਬਿਲਕੁਲ अच्छा इतने मतलब प्लेस करके कर दे राजी, राजी? दे नहीं सी या मैं और कारण से की कारण से क्यों नहीं राजी साडे ना ਘਰ ਦੇ ਵਿੱਚ ਇਹ ਕਿਤੇ ਨੂੰ ਚੰਗਾ ਹੀ ਨਹੀਂ ਮੰਨਿਆ ਜਾਂਦਾ ਸੀ ओके ਇਹ ਸਾਡਾ ਮੇਰਾ ਪੂਰਾ ਪਿੰਡ ਹੀ ਪੰਡਤਾਂ ਦੇ ਸਾਡੇ ਦੋ ਪਿੰਡ ਟੱਪੀ ਔਰ ਪੀਪਲੀ ਦੋ ਪਿੰਡ ਹੀ ਪੜਤੋਂਦੇ ਜੀ ਇਸ ਕਿਤੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ ਬਾਪੂ ਬਹੁਤ ਅੜਪਸਵਾਦੇ ਸੀ ਉਹਨਾਂ ਨੂੰ ਇਹ ਸੀ ਵੀ ਮੈਂ ਕਿਤੇ ਜੋਬ ਕਰਾਂ ਸਰਕਾਰੀ ਨੌਕਰੀ ਪਰ ਮੇਰੇਆਂ ਇਹ ਸੀ ਜਨੂੰਨ ਵੀ ਮੈਂ ਸਿੰਗਰ ਬਣਾ ਸੋ ਪਹਿਲਾਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਗਾਣਾ ਸ਼ੁਰੂ ਕੀਤਾ ਮੈਂ ਗਾਉਣਾ ਪਹਿਲਾਂ ਸ਼ੁਰੂ ਕੀਤਾ ਜੀ ਰਾਈਟਰ ਮੈਂ ਹਲਾਤਾਂ ਨੇ ਬਣਾਏ ओके सो ਪਹਿਲਾ ਕੀ ਇਹ ਜਿਆ ਕੀ ਲਿਖਿਆ ਸੀ ਪਹਿਲੀ ਵਾਰੀ ਮੈਂ ਕਵਤਾ ਮਰ ਇੱਕ ਦਿੰਦਾ ਪਹਿਲ ਓਕੇ ਮੈਂ ਹੁਣ ਵੀ ਗਾੜਿਆਂ ਦੇ ਨਾਲ ਨਾਲ ਉਹ ਲਿਖਦਾ ਆਪਦੀਆਂ ਲਿਖਤਾ ਜੇ ਮੈਨੂੰ ਗਾੜਾ ਨਾਮ ਮੇਥੋਂ ਲਿਖਿਆ ਜਾਵੇ ਤਾਂ ਮੈਂ ਲਿਖਤ ਜ਼ਰੂਰ ਲਿਖਦਾ ਔਰ ਜਿਆਦਾ ਮੇਰੀਆਂ ਸੋਸ਼ਲ ਸੋਸ਼ਲ ਮੀਡੀਆ ਤੇ ਆ ਸੋਸ਼ਲ ਗੱਲਾਂ ਹੈ ਮੇਰੀਆਂ ਜਾਨੀ ਕਿ ਸਮਾਜ ਚ ਜੋ ਹੋ ਰਿਹਾ ਮੈਂ ਉਹ ਲਿਖਤਾ ਲਿਖਦਾ ਸੁਣਾਉ ਕੋਈ ਦੋ ਦੋ ਕੋ ਲਾਈਨਾ ਕਹਿੰਦੇ ਸਿਰਫ ਕਿਤਾਬ ਹੀ ਗੱਲਾਂ ਨਹੀਂ ਕਿ ਬੰਦਾ ਕਿਸਮਤ ਆ ਬਣਾ ਸਕਦਾ ਪਰ ਕੀ ਔਕਾਤ ਹੈ ਬੰਦੇ ਦੀ ਮਰਜ਼ੀ ਨਾਲ ਲੈ ਨਹੀਂ ਸਾ ਸਕਦਾ ਕਹਦਾ ਕੁਝ ਕੋਈ ਭੇਦ ਨਹੀਂ ਉਸ ਦੀ ਦੁਨੀਆ ਦੇ ਕਈ ਜੰਮ ਦੇ بڑے ਅਮੀਰਾਂ ਦੇ ਕਿਤੇ ਹੱਥੋਂ ਹਦਾਤੀ ਛੁੱਟਦੀ ਨਾ ਤੇ ਕੀਜੇ ਪਰੇ ਕਿਸੀਆਂ ਨੂੰ ਕੁਝ ਨਹੀਂ ਹੱਥ ਬਸ ਬੰਦੇ ਦੇ ਜਿਹੜਾ ਵਿਕਦਾ ਉਹਦੇ ਭਾਅ ਲੱਗਦੇ ਸਾ ਕਿਸੇ ਕਿਸੇ ਦਾ ਲੱਗਦਾ ਇਥੇ ਜਾਦੇ ਵੀਰੇ ਦਾ ਲੱਗਦੇ ਵਾਹ ਉਹੀ ਲਿਖਦਾ ਹੈ ਤਕਦੀਰਾਂ ਨੂੰ ਕਿਹੜਾ ਰੰਗ ਤੇ ਕਿਹਦਾ ਰਾਜ ਹੋਣਾ ਹੈ ਉਹ ਤਾਂ ਪਲ ਵਿੱਚ ਬਦਲੇ ਦੇਖਾ ਨੂੰ ਕਿਤੇ ਅੰਤ ਕਿਤੇ ਆਗਾਜ਼ ਹੋਣਾ ਚਲੋ ਮੁੱਖ ਦੀ ਗੱਲ ਨੂੰ ਕਾ ਛੱਡੀ ਹੈ ਹੈਰੀ ਭੰਨ ਦਾ ਇਹ ਹੰਕਾਰਾਂ ਨੂੰ ਟੱਪੀ ਬਾੜ ਆਪ ਚਲਾਉਂਦਾ ਸਭ ਦੇ ਘਰ ਪਰਬਾ ਵਾਹ ਜੀ ਵਾਹ ਕੋਈ ਇਹੋ ਜਿਹੀ ਲਿਖਤ ਜਿਹੜੀ ਤੁਸੀਂ ਵੈਸੇ ਲਿਖੀ ਸੀ ਕਵਿਤਾ ਲਿਖੀ ਸੀ ਵੈਸੇ ਹੀ ਲਿਖਤੀ ਤੇ ਉਹ ਗਾਣਾ ਬਈਆ ਗੀਤ ਬਣ ਗਿਆ ਗੀਤ ਦੇ ਵਿੱਚ ਅੱਗੇ ਚਲਾ ਗਿਆ ਮੈਂ ਇੱਕ ਕਵਤਾ ਲਿਖੀ ਸੀ ਤੇ ਉਹ ਮੇਰਾ ਗਾਣਾ ਰੁਪਿੰਦਰ ਸੋਹਤ ਦਾ ਸਿੰਗਰ ਹੈ ਮੈਡਮ ਉਹਨਾਂ ਨੇ ਮੈਂ ਵੈਸੇ ਹੀ ਫੇਸਬੁੱਕ ਤੇ ਲਿਖ ਕੇ ਪਾਇਆ ਸੀਗਾ ਹੋਵੇ ਜੇ ਪੁਰਾਣੀ ਲਾਗ ਡਾਟ ਚੱਲਦੀ ਇਕੱਠੇ ਰਾਜੀ ਨਾਮੇ ਤੇ ਨਹੀਂ ਪੈਗ ਲਾਈਦਾ ਬੈਰੀ ਕਦੇ ਖੋਰ ਦਿਲ ਚੋ ਗਵਾਉਂਦਾ ਨਹੀਂ ਇਕੱਲੇ ਧਾਰੇ ਹੋ ਕੇ ਨਹੀਂ ਗਾਣਾ ਜਾਈਦਾ ਉਹਨਾਂ ਪੈਗ ਤੇ ਇਹਨਾਂ ਸਾਰੀਆਂ ਗੱਲਾਂ ਤੇ ਆਨੇ ਆ ਕੁਕਲ ਫਲੇਵਰ ਆਫ ਦ ਮੰਥ ਚੱਲ ਰਿਹਾ ਹੈ ਜੀ ਚਮਕੀਲਾ ਦੀ ਨਵੀਂ ਵੀ ਆ ਰਹੀ ਹੈ ਜਦਜੀਤ ਪਾਜੀ ਨੇ ਬਹੁਤ ਵਧੀਆ ਐਕਟ ਕੀਤਾ ਬਾਕਮਾਨ ਬਾਕ ਠੀਕ ਹੈ ਕੱਲ ਪਰਸੋ ਹਣੀ ਹੋ ਕੇ ਗਿਆ ਜਿਨਾ ਜਿਨੇ ਐਕਚੁਅਲੀ ਜਿਨੇ ਲਾਈਵ ਵਜਾਇਆ ਨਾ ਜੀ ਉਹ ਬੋਕੀਏ ਆਪਣੇ ਕੋਲੇ ਮੈਂ ਆਪਣੇ ਮਤਲਬ ਬਹੁਤ ਅੱਛਾ ਬਿਕੋਇਆ ਸੋ ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਸੀ ਠੀਕ ਹੈ ਕੋਨੋ ਫਲੇਵਰ ਆਫ ਦ ਮੰਥ ਚੱਲ ਰਿਹਾ ਹਰ ਜਗ੍ਹਾ ਇਹ ਤੁਹਾਡੀ ਨਿਕਤ ਕਿਤੇ ਨਾ ਕਿਤੇ ਉੱਥੇ ਢੁਕਦੀ ਹੈ ਕੀ ਉੱਥੋਂ ਵੀ ਕੋਈ ਇੰਸਪੀਰੇਸ਼ਨ ਆਂਦੀ ਹੈ ਜਾਂ ਨਹੀਂ ਮੈਨੂੰ ਉਹ ਵੱਡੇ ਸਟਾਰ ਹੈ ਜੀ ਦੀਤ ਪਾਜੀ ਕੋਈ ਚਮਕੀਲਾ ਪਾਜੀ ਉਹਨਾਂ ਦਾ ਟ੍ਰੈਂਡ ਹੈ ਉਹ ਹਰ ਬੰਦੇ ਉਨਾਂ ਚੋਂ ਕੁਛ ਨਾ ਕੁਛ ਕੱਢ ਰਹੇ ਉਹ ਇੱਕ ਲਾਇਬ੍ਰੇਰੀ ਹੈ ਚਮਕੀਲਾ ਸਾਹਿਬ ਚੋਂ ਲਾਇਬ੍ਰੇਰੀ ਚੋਂ ਕੁਛ ਨਾ ਕੁਛ ਨਿਕਲਦਾ ਹੈ ਤੇ ਸ਼ਾਇਦ ਮੈਂ ਤਾਂ ਮੰਨਦਾ ਨਹੀਂ ਸ਼ਬਦ ਪਰਮਾਤਮਾ ਭੇਜਦਾ ਸੀ ਕੈਚ ਕਰਨੇ ਹਵਾਂ ਚ ਬਿਲਕੁਲ ਤੇ ਉਹ ਕੈਚ ਕਰਕੇ ਮੈਂ ਵੈਸੇ ਨਹੀਂ ਕੋਈ ਜਾਂ ਤਾਂ ਮੈਨੂੰ ਕੋਈ ਚੈਲੰਜ ਦੇਵੇ ਮੈਂ ਫੇਰ ਲਿਖਦਾ ਜਾਂ ਮੈਨੂੰ ਕੁਦਰਤੀ ਰੱਬ ਲਿਖਾਉਂਦਾ ਹੋਰ ਕਿਸੇ ਹੋਰ ਦੱਸੋ ਕੋਈ ਇੱਕ ਹੈ ਜਦੋਂ ਤੁਸੀਂ ਕੋਈ ਗੀਤ ਲਿਖਿਆ ਹੋਵੇ ਜਿਹੜਾ ਤੁਹਾਨੂੰ ਲੱਗਦਾ ਹੋਵੇ ਯਾਰ ਇਹ ਨਹੀਂ ਚੱਲੂਗਾ ਪਰ ਚੱਲ ਗਿਆ ਹੋਇਆ ਕਦੇ ਕੋਈ ਇਹ ਕਿ ਨਹੀਂ ਯਾਰ ਇਹ ਉਨਾਂ ਵਧੀਆ ਨਹੀਂ ਠੀਕ ਹੈ ਕਿਉਂਕਿ ਹਰ ਕਲਾਕਾਰ ਨਾਲ ਇਹ ਹੁੰਦਾ ਜਿੰਨੇ ਵੀ ਕਲਾਕਾਰ ਨਾਲ ਗੱਲ ਕਰਦੇ ਕਿ ਯਾਰ ਮੈਂ ਇਹ ਸੋਚਿਆ ਸੀ ਕਿ ਇਹ ਤਾਂ ਨਹੀਂ ਆ ਰਿਹਾ ਇਹ ਮਤਲਬ ਵਧੀਆ ਦੇਖੋ ਆਪਦੇ ਬੱਚੇ ਸਾਰੇ ਨੂੰ ਵਧੀਆ ਲੱਗਦਾ ਪਰ ਕਈ ਵਾਰੀ ਇਹ ਗਾਣਾ ਹੁੰਦਾ ਕਿ ਯਾਰ ਆਹਾ ਨਹੀਂ ਵਧੀਆ ਸੀ ਪਰ ਉਹ ਚੱਲ ਗਿਆ ਪਰ ਇੱਕ ਗਾਣਾ ਆਹਾ ਬਹੁਤ ਦਿਲ ਨਾਲ ਲਿਖਿਆ ਸੀ ਬਹੁਤ ਦਿਲ ਨਾਲ ਬਣਾਇਆ ਪਰ ਇਹ ਚੱਲਿਆ ਨਹੀਂ ਇਹ ਮੈਂ ਗੁਰਵਿੰਦਰ ਬਰਾੜ ਭਾਜੀ ਨੇ ਗਾਣਾ ਕੀਤਾ ਸੀ ਮੇਰਾ ਆਲਰੇਡੀ ਬੱਪ ਵੈਸੇ ਉਹ ਗਾਣੇ ਮੇਰੇ ਸੀਗੇ ਵੀ ਇਹ ਗਾਣੇ ਵਾਕਈ ਚੱਲਣ ਵਾਲੇ ਮੈਂ ਇੱਕ ਗਾਣਾ ਲਿਖਿਆ ਸੀ ਗੱਡੀਆਂ ਦਾ مالک ਬਣਾ ਦੇ ਮਾਲਕਾ ਮੈਨੂੰ ਬੈਲ ਗੱਡੀ ਵਾਲੇ ਨੂੰ ਹੂੰ ਉਹ ਧਾਰਮਿਕ ਟੇਪ ਚ ਲਾਈਵ ਜਾਗਰਣ ਚ ਆਨੰਦ 뮤ਜ਼ਿਕ ਵਾਲਿਆਂ ਨੇ ਮੁਕੇਸ਼ ਭਾਜੀ ਨੇ ਕੀਤਾ ਸੀਗਾ ਮੈਂ ਦਿੱਦਿਓ ਪਹਿਲੇ ਦਿਨ ਘਰੇ ਗੁੰਗੁਣਾ ਰਿਆ ਸੀ ਨਾ ਗਾਣਾ ਉਹ ਗੱਟੀਆਂ ਦਾ ਮਾਲਕ ਬਣਾ ਦੇ ਮਾਲਕਾ ਮੈਨੂੰ ਬੈਲ ਗੱਡੀ ਵਾਲੇ ਨੇ ਮੇਰੇ ਭਤਨੇ ਨੇ ਮੈਨੂੰ ਟੋਕਿਆ ਘਰੇ ਗਾਣੇ ਚੱਲਦੇ ਹੁੰਦੇ ਹਾਂ ਉਸ ਤੋਂ ਅਗਲੇ ਦਿਨ ਪ੍ਰੋਗਰਾਮ ਸੀ ਤੇ ਪਹਿਲਾ ਗਾਣਾ ਮੈਂ ਉਹੀ ਲਾਇਆ ਸੀ ਤੇ ਉਹ ਤੇ ਇਨੇ ਨੋਟ ਭਰੇ ਸੀ ਉਹ ਸਟੇਜ ਤੇ ਹਿੱਟ ਹੋਇਆ ਸੀ ਅਜਾ ਮ ਲੋ ਸਟੇਟ ਤੇ ਹਿੱਟ ਹੋਇਆ ਸਟਿਲ ਰਿਕਾਰਡ ਵੀ ਕੀਤਾ ਰਿਕਾਰਡ ਵੀ ਕੀਤਾ ਧਾਰਮਿਕ ਐਬੰਮ ਚ ਫਿਰ ਉਹ ਮੈਂ ਗੱਡੀਆਂ ਦਾ ਮਾਲਕ ਬਣਾ ਦੇ ਦਾਤੀ ਮੈਨੂੰ ਬੈਲ ਗੱਡੀ ਵਾਲੇ ਫਿਰ ਤੁਸੀਂ ਬਦਲਤਾ ਅਸਾਂ ਅਸਾਂ ਸੌਂਗ ਰਿਆ ਨਹੀਂ ਪਹਿਲਾਂ ਲੋ ਫਿਰ ਉਹ ਮ ਮੁਕੇਸ਼ ਭਾਜੀ ਦੇ ਬੰਦੇ ਅੱਛਾ ਤੇ ਕੋਈ ਇਹ ਜਿਹੜਾ ਸੌਂਗ ਜਿਹੜਾ ਜਿਹੜਾ ਕਿ ਬਾਕੀ ਬਹੁਤ ਵਧੀਆ ਲੱਗਿਆ ਹੋ ਗਿਆ ਆਪ ਬਹੁਤ ਸੋਹਣਾ ਸਾਰ ਨੇ ਬਹੁਤ ਵਧੀਆ ਬੰਦ ਚੱਲੇ ਹਨੀ ਹੋਇਆ ਕਦੇ ਹਾਂ ਇੱਕ ਗਾਣਾ ਮੇਰਾ ਕੀਤਾ ਸੀ ਪੰਜੂ ਮਿਊਜ਼ਿਕ ਨੇ ਸਾਡਾ ਭਰਾ ਸੀਰਾ ਸੇਲਬਰਾ ਉਹ ਗਾਣਾ ਸੀਗਾ ਮੇਰਾ ਬੈਡ ਟਾਈਮ ਨਾ ਤੋਂ ਗਾਣਾ ਸੀ ਓਕੇ ਪਰ ਉਹ ਗਾਣਾ ਮੈਂ ਕਹਿੰਦਾ ਵੀ ਉਹਦੇ ਵਿਊ ਹੀ ਸਾਰੇ 17 1800 ਅੱਛਾ ਮਤਲਬ ਲੋਕਾਂ ਨੇ ਪਸੰਦ ਨਹੀਂ ਨਹੀਂ ਚੱਲੇ ਪਰ ਮੈਨੂੰ ਲੱਗਦਾ ਸੀ ਵੀ ਹਰ ਬੰਦਾ ਉਹਦੇ ਤਰੀਰ ਬਣਾਊਗਾ ਓਕੇ ਕੀ ਲੱਗਦਾ ਤੁਹਾਨੂੰ ਆਈ ਕਿਉਂ ਹੁੰਦਾ ਮਤਲਬ ਚਲੋ ਸੇ ਇੱਕੋ ਆਪਾਂ ਇੱਕੋ ਗਾਣੇ ਦੀ ਗੱਲ ਕਰਦੇ ਹਾਂ ਤੁਹਾਨੂੰ ਕਿਉਂ ਲੱਗਿਆ ਕਿ ਲੋਕਾਂ ਨੂੰ ਕਿਉਂ ਨਹੀਂ ਪਸੰਦ ਆਇਆ ਕਦੇ ਸੋਚਿਆ ਇਸ ਬਾਰੇ ਆ ਨਹੀਂ ਕਦੇ ਉਹ ਗਾਣਾ ਮੂਰੇ ਨਹੀਂ ਆਇਆ ਪਤਾ ਨਹੀਂ ਉਹਦੇ ਪਹਿਲਾਂ ਹੀ ਉਹਦੇ ਵਿਊ ਸੀ ਕੁਝ ਪਤਾ ਨਹੀਂ ਉਹ ਕੀ ਕਰਪਟ ਸਿਸਟਮ ਹੈ ਉਹਦੇ ਵਿਊ ਡ੍ਰੌਪ ਹੋ ਗਏ ਦੂਜੇ ਦਿਨ ਅਗਲੇ ਦਿਨ ਮੇਰਾ ਮਨ ਟੁੱਟ ਗਿਆ ਵੀ ਯਾਰ ਜਿੰਨੇ ਕਾਏ ਸੀ ਉਹਨੇ ਕਿ ਡ੍ਰੌਪ ਹੋ ਗਏ ਤੇ ਉਹ ਗਾਣਾ ਅੱਜ ਵੀ ਮੇਰੇ ਕਿਤੇ ਨਾ ਕਿਤੇ ਹੈਗਾ ਵੀ ਉਹ ਗਾਣਾ ਹਿੱਟ ਹੈ ਤੁਸੀਂ YouTube ਦੀ ਗੱਲ ਕੀਤੀ 트ੈਂਡ ਚੱਲ ਰਿਹਾ ਹੈ ਕਿ ਜੀ ਹੁਣ ਪਿਛਲੇ 5 7 10 ਦਿਨਾਂ ਦਾ ਰੌਲਾ ਚੱਲ ਰਿਹਾ ਹੈ ਕਿ ਜੀ YouTube ਦੇ ਚੈਨਲ ਬੰਦ ਹੋ ਰਹੇ ਨੇ ਲੋਕਾਂ ਦੇ ਡ੍ਰੌਪ ਹੋ ਰਹੇ ਨੇ YouTube ਦੇ ਵਿੱਚ ਇਸ਼ੂ ਆ ਰਹੇ ਨੇ ਲੋਕ ਕਹਿ ਰਹੇ ਨੇ ਲੇਕਿਨ ਪਹਿਲਾਂ ਤੋਂ ਵੀ ਲੋਕਾਂ ਨੂੰ ਇਹ ਪ੍ਰੋਬਲਮ ਹੈ ਤੁਹਾਡੀ ਬਰਾਨੀ ਪ੍ਰੋਬਲਮ ਹੈ ਸਾਡੇ ਨਾਲ ਵੀ ਬਹੁਤ ਵਾਰੀ ਆਇਆ ਹੈ ਇਹਨਾ ਟ੍ਰੀਟ ਹੋਏ ਨੇ ਬਹੁਤ ਵਾਰੀ ਸਾਡੇ ਨਾਲ ਵੀ ਆਈ ਹੁੰਦਾ ਕਿਉਂਕਿ ਇੱਕ ਵੀਡੀਓ ਲੱਗਦੀ ਸਾਨੂੰ ਬਹੁਤ ਵਧੀਆ ਇੰਟਰਵਿਊ ਆਈਏ ਉਹ ਚੱਲਦੀ ਦੀ ਇਹ ਵਾਰੀ ਹੁੰਦਾ ਤਨੂ ਨੂੰ ਵੀ ਲੱਗਦਾ ਕੀ ਕਲਾਕਾਰ ਨੂੰ ਖੜਾ ਕਰਨ ਵਾਸਤੇ ਕਿਤੇ 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 ਸੋਸ਼ਲ ਮੀਡੀਆ ਕਿਤੇ ਕਿਤੇ YouTube ਦੇ ਸਿਸਟਮ ਦਾ ਵੀ ਕੋਈ ਹੱਥ ਹੈ ਸੋਸ਼ਲ ਮੀਡੀਆ ਹੀ ਕਲਾਕਾਰ ਨੂੰ ਬਣਾਉਂਦੀ ਹੈ ਅੱਜਕੱਲ ਪਹਿਲਾਂ ਤਾਂ ਲੋਕ ਕਲਾਕਾਰ ਨੂੰ ਭਾਲਦੇ ਸੀ ਵੀ ਪਹਿਲਾਂ ਟੇਪ ਵਾਲੀ ਦੁਕਾਨ ਤੇ ਜਾ ਕੇ ਪੁੱਛਦੇ ਕਿਹੜੀ ਕਾਸਟ ਨਵੀਂ ਆਈ ਫਿਰ ਉਹ ਦਿੰਦਾ ਵੀ ਆਹ ਸਿੰਗਰ ਦੀ ਨਵੀਂ ਨਵਾਂ ਸਿੰਗਰ ਹੈ ਇਹਦੀ ਕਾਸਟ ਆਈਏ ਸੁਣ ਕੇ ਦੇਖੋ ਲੈ ਜਾਂਦੀ ਸੀ ਹੁਣ ਇਹ ਭੀੜ ਦੀ ਇੰਨੀ ਤੋੜ ਹੈ ਖਹਿ ਖਹਿ ਕੇ ਲੰਘਣਾ ਪੈਂਦਾ ਜੇ ਤੁਸੀਂ ਉਹਨਾਂ ਦੇ ਮੁਕਾਬਲੇ ਦਾ ਲਿਖਦੇ ਨਹੀਂ ਉਹਨਾਂ ਦੇ ਮੁਕਾਬਲੇ ਦਾ ਗਾਉਂਦੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਸ ਸਪੀਡ ਚ ਅੱਗੇ ਆ ਤੂੰ ਤੁਸੀਂ ਮੈਨੂੰ ਜੋ ਪਤਾ ਹੈ ਜਿਨਾਂ ਕਿ ਮੈਨੂੰ ਮੈਂ ਤੁਹਾਡਾ ਗੱਲਬਾਤ ਵੀ ਹੋਈ ਆ ਆਪਾਂ ਜਿਨਾਂ ਕਿ ਜੀ ਕੋਲੇ ਮਿਲਿਆ ਤੁਹਾਡੀ ਸ਼ੁਰੂਆਤ ਹੋਈ ਜਗਰਾਤਿਆਂ ਤੋਂ ਜੀ ਠੀਕ ਹੈ ਉਹ ਕਹਾਣੀ ਦੱਸੋ ਕਿਵੇਂ ਸ਼ੁਰੂਆਤ ਹੋਈ ਕਿੱਥੇ ਪਹੁੰਚੀ ਹੋ ਕਿੱਥੇ ਹੈ ਉਹ ਸਫ਼ਰ ਮੇਰਾ ਸਫ਼ਰ ਚੱਲ ਰਿਹਾ ਜੀ ਮੈਂ ਜਗਰਾਤਿਆਂ ਦੀ ਕਮਾਈ ਮੈਂ ਮੇਰੇ ਘਰੇ ਨਹੀਂ ਲੈ ਕੇ ਜਾਂਦਾ ਹੂੰ ਮੇਰੀ ਜਿੰਨੀ ਵੀ ਕਮਾਈ ਆ ਉਹ ਉਹ ਸਾਰੀ ਧਾਰਮਿਕ ਕੰਮਾਂ 'ਤੇ ਲੱਗਦੀ ਮੇਰੇ ਪਿੰਡ ਦੋ ਮੰਦਰ ਬਣੇ ਜਾਂਦੇ ਉਹਨਾਂ 'ਤੇ ਲੱਗੀ ਆ ਉਹ ਪਿੰਡ ਦੇ ਵਿੱਚੋਂ ਮੈਂ ਮੇਰਾ ਕੁਝ ਨਹੀਂ ਲੈਂਦਾ ਬਾਹਰੋਂ ਮੈਂ ਮੇਰੀ ਫੀਸ ਲੈਣਾ ਪਰ ਉਹ ਉਨੀ ਨਹੀਂ ਜਿੰਨੀ ਮੈਨੂੰ ਚਾਹੀਦੀ ਮੈਂ ਉਨੀ ਹੀ ਲੈਣਾ ਇਹੋ ਚੱਲ ਰਹੀ ਹੈ ਉਹ ਸਾਰਾ ਕੁਝ ਮੈਂ ਆਪਣਾ ਲਿਖ ਕੇ ਗੋਣੇ ਮੈਂ ਨਕਲ ਨਹੀਂ ਕਿਸੇ ਦੀ ਓਕੇ ਸੋ ਕਿਤੋਂ ਕਦੋਂ ਸ਼ੁਰੂ ਹੋਏ ਤੁਸੀਂ ਮਤਲਬ ਪਹਿਲੀ ਵਾਰੀ ਪੇਟ ਕਦੋਂ ਬਾਈ ਕਿਨੇ ਕਿਨੇ ਤੁਹਾਨੂੰ ਇੰਟਰੋਡਿਊਸ ਕੀਤਾ ਮੈਂ 2001 ਚ ਅਸੀਂ ਪਹਿਲੀ ਵਾਰ ਜਾਗਰਣ ਕਰਤਾ ਸੀ ਹਮ ਅੱਜ 24 ਸਾਲ ਹੋ ਗਏ ਕਿਨੇ ਹੋ ਵਰਸੇ ਤੁਹਾਡੀ ਉਹਦਾ ਮੈਂ ਛੋਟਾ ਜਿਹਾ ਸੀ ਮੇਰੇ ਤਾਂ ਦਾੜੀ ਮੁੱਛ ਨਹੀਂ ਸੀ ਓਕੇ ਸੋ ਪਹਿਲੀ ਵਾਰ ਕੀ ਗਾਇਆ ਯਾਦ ਹੈ ਪਹਿਲੀ ਵਾਰ ਮੈਂ ਜਾਗਰਨ ਚ ਆਪਣਾ ਲਿਖੇ ਗਿਆ ਸੀ ਮੈਂ ਵੈਸੇ ਮੈਂ ਸਕੂਲ ਤੋਂ ਸ਼ੁਰੂ ਹੋ ਗਿਆ ਸੀ ਗਉਣਾ ਪਹਿਲੀ ਬਾਰ ਮੈਂ ਹਰਪ੍ਰਧਨ ਮਾਨ ਸਾਹਿਬ ਦਾ ਗਿਆ ਸੀ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਨੇ ਦੋ ਲਾਈਨਾਂ ਸਰਾਓ ਫਿਰ ਹੋ ਬਾਬਲ ਮੇਰੀਆਂ ਗੁੱਟੀਆਂ ਤੇਰੇ ਘਾਰੇ ਰੈ ਗੰਨਾ ਹੋ ਲਿਖੀਆਂ ਨਸੀਬਾਂ ਦੀਆਂ ਝੋੜੀ ਦੇ ਵਿੱਚ ਪੈ ਗਈਆਂ ਹੈ ਬਾਬਲ ਮੇਰੀਆਂ ਬਾਬਲ ਮੇਰੀ ਨਾਲ ਗੁੱਡੀਆਂ ਤੇਰੀ ਢਾਰ ਰਹਿ ਗੰਨਿਆ ਇਹ ਗਣਸੀ ਹੁਣ ਇੱਕ ਗੱਲ ਦੱਸੋ ਮਲਾਲ ਜੀਵਨ ਦੇ ਵਿੱਚ ਇੱਕ ਮਲਾਲ ਹੁੰਦਾ ਹੈ ਤੇ ਤੁਸੀਂ ਇੱਕ ਧਾਰਮਿਕ ਜੀਵ ਜੀਵਨ ਦੇ ਵਿੱਚ ਗਾਇਆ ਠੀਕ ਹੈ ਔਰ ਕਹਿੰਦੇ ਇੰਤੂ ਬੜੀਆ ਪ੍ਰੈਕਟਿਸ ਕੋਈ ਹੋ ਨਹੀਂ ਸਕਦੀ ਠੀਕ ਹੈ ਬਹੁਤ ਵਧੀਆ ਤੁਹਾਡਾ ਰਿਆਜ਼ ਬਹੁਤ ਵਧੀਆ ਹੁੰਦਾ ਪਰ ਔਰ ਜਿਹੜੇ ਲੋਕ ਫ੍ਰੀ ਚ ਪੜੋ ਹਾਂ ਹਾਂ ਜਦੋਂ ਤੁਸੀਂ ਧਾਰਮਿਕ ਹਾਲੇ ਚੋਂ ਨਿਕਲਦੇ ਹੋ ਔਰ ਲੋਕਾਂ ਦੇ ਸਾਹਮਣੇ ਜਦੋਂ ਪੇਸ਼ਕਾਰੀ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਬਹੁਤ ਵਧੀਆ ਨਿਕਲੋ ਹੋ ਕੇ ਨਿਕਲਦੇ ਹੋ ਠੀਕ ਹੈ ਲੇਕਿਨ ਕੋਈ ਇਹ ਜਿਹਾ ਮਲਾਲ ਕਿ ਇਹ ਗਾਣਾ ਗਾਇਆ ਕਿ ਅਬ ਨਹੀਂ ਇਹ ਗਾਣਾ ਮੈਂ ਗਲਤ ਗਾ ਬੈਠਾ ਕਿਸ ਤਰ੍ਹਾਂ ਕਿਵੇਂ ਮੈਂ ਪਹਿਲਾਂ ਹੀ ਜਿੱਕਰ ਨਹੀਂ ਹੋਇਆ ਕਿਸੇ ਵੀ ਇੰਟਰਵਿਊ ਚ ਤੇ ਤੁਸੀਂ ਜ਼ਿਕਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਾਰੇ ਸਰੋਤਿਆਂ ਤੋਂ ਹੱਥ ਜੋੜ ਕੇ ਮਾਫੀ ਮੰਗੂਗਾ ਵੀ ਮੇਰੀ ਪਹਿਲੀ ਐਲਬਮ ਦੇ ਵਿੱਚ ਇੱਕ ਗਾਣਾ ਸੀਗਾ ਤੇ ਉਹਦੇ ਆਸਤੇ ਮੈਨੂੰ ਇੱਕ ਕੋਈ ਲੇਡੀਜ਼ ਪ੍ਰੋਫੈਸਰ ਸਾਹਿਬ ਸੀ ਉਹਦੀ ਕਾਲ ਵੀ ਆਈ ਸੀ ਟੀਵੀ 'ਤੇ ਉਹ ਮੇਰਾ ਗਾਣਾ ਚੱਲਦਾ ਸੀ ਹਾਲਾਂਕਿ ਉਦੋਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਪਰ ਮੈਂ ਉਸ ਗਾਣੇ ਆਸਤੇ ਮਾਫੀ ਚਾਹੂੰਗਾ ਉਦੋਂ ਗਾਣੇ ਕਾਲਜਾਂ ਸਕੂਲਾਂ 'ਅਲੇ ਚੱਲਦੇ ਸੀ ਹਾਂ ਟਿਊਸ਼ਨ ਗਾਣਾ ਸੀ ਤੇ ਉਸ ਗਾਣੇ ਇੱਕ ਲਾਈਨ ਸੁਣਾ ਦਿਓ ਤਾਂਕਿ ਲੋਕਾਂ ਨੂੰ ਪਤਾ ਲੱਗੇ ਲਾਈਨ ਮੈਂ ਬਸ ਕੀ ਸੁਣਾ ਮਨੋਸਤ ਅੱਛਾ ਮਤਲਬ ਤੁਸੀਂ ਸੁਣਾ ਰਹੇ ਮਤਲਬ ਤੁਹਾਨੂੰ ਇੰਨਾ ਨਹੀਂ ਇੰਨਾ ਮਤਲਬ ਉਹ ਦੁੱਖ ਹੈ ਉਸ ਗਾਣੇ ਦਾ ਕਿ ਜੀ ਲਾਈ ਮੈਂ ਉਹਦੇ ਵਿੱਚ ਸੀ ਕਿ ਕੁੜੀ ਦੇ ਬੋਲ ਸੀ ਮੈਂ ਕਾਲਜ ਵੀ ਆ ਸਕਦੀ ਨਹੀਂ ਮੇਰੀ ਤਾਂ ਪੁੱਗਦੀ ਨਾ ਮੇਰਾ ਹੋਰ ਪੜਨੋ ਜੀ ਕਰਦਾ ਬੇਬੇ ਨਾ ਕਰਦੀ ਹਾਂ ਉਹ ਕਹਿੰਦਾ ਮੈਂ ਬੀਏ ਕਰਨੀ ਓਪਨ ਦੀ ਘਰਦਿਆਂ ਨੂੰ ਜਾ ਕੇ ਕਹ ਤੂੰ ਟਿਊਸ਼ਨ ਦਾ ਪੱਜ ਲਾ ਕੇ ਨਹੀਂ ਮਿੱਤਰਾਂ ਨੂੰ ਮਿਲਦੀ ਰਹੇ ਉਨਾ ਪ੍ਰੋਫੈਸਰ ਦਾ ਮੇਰੇ ਕੋਲ ਫੋਨ ਆਇਆ ਉਹ ਕਹਿੰਦੀ ਬੇਟਾ ਕਾਲਜ ਤਾਂ ਭੰਡੀ ਜਾਂਦੇ ਤੂੰ ਬਹੁਤ ਛੋਟੀ ਉਮਰ ਦੀ ਤੇ ਮੈਂ ਸੀ ਵੀ ਛੋਟੀ ਛੋਟੀ ਉਮਰ ਦਾ ਨਿਆਣਾ ਬੱਚਾ ਸੀ ਨਹੀਂ ਪਤਾ ਸੀ ਸਿਲੈਕਸ਼ਨ ਕੀ ਹੈ ਤੇ ਪਰ ਕਹਿੰਦੀ ਹੁਣ ਟਿਊਸ਼ਨ ਤੱਕ ਵੀ ਪਹੁੰਚੀ ਉਹਦੀ ਸੱਚ ਜਾਣੇ ਮੈਂ ਮਾਫੀ ਚਾਹਣਾ ਸਰੋਤਿਆਂ ਤੋਂ ਵੀ ਮੈਂ ਉਹ ਗਾਇਆ ਪਰ ਹੁਣ ਮੈਂ ਡਾਇਰੀ 'ਚ ਰਹਿ ਕੇ ਕਿ ਮੇਰੇ ਸੱਪੇਖ ਗੀਤ ਬਹੁਤ YouTube ਤੇ ਕੀ ਕਰਦੀ ਸੀ ਮੇਰੀ ਮਾਂ 10 ਵੀਰਿਆ ਵੇ ਜਦ ਤੂੰ ਤੁਰਿਆ ਸੀ ਉਦੋਂ ਕੀ ਕਰਦੀ ਸੀ ਮੇਰੀ ਮਾਂ ਜਦ ਧੱਕਾ ਜੀ ਕਰਨਗੀ ਸਾਡੇ ਨਾਲ ਦੇ ਲਈ ਤੇਨੂੰ ਹਰ ਵਾਰੀ ਮੂਰੇ ਸਰਦਾਰ ਮਿਲੂਗਾ ਬੜੇ ਬਗਾਣੇ ਗੌਰ ਸੰਵਦ ਜੀ ਇੱਕ ਹੁੰਦਾ ਕਿ ਆਪਾਂ ਕਿ ਯਾਰ ਆਹ ਨਹੀਂ ਗਾਣਾ ਲੇਕਿਨ ਦਿਲ ਹੈ ਬਹੁਤ ਵਾਰੀ ਹੁੰਦਾ ਚੱਕਵੇਂ ਗਾਣੇ ਹੁੰਦੇ ਨੇ ਕਈ ਵਾਰੀ ਬੰਦੇ ਦਾ ਮਨ ਹੁੰਦਾ ਯਾਰ ਆਹ ਗਾਣਾ ਨਾ ਇੱਥੇ ਜੀ ਗਾਣਾ ਜਿਵੇਂ ਮੇਰਾ ਮੇਰਾ ਮਨ ਹੁੰਦਾ ਹੈ ਕਿ ਯਾਰ ਗਾਣਾ ਬਣਾਈਏ ਇੱਕ ਔਰ ਗਾਣਾ ਇਹ ਜਾਣਾ ਸੀ ਜਿਵੇਂ ਪਿੱਛੇ ਇਹ ਮੈਂ ਗਾਣਾ ਕਰਨਾ ਚਾਹੁੰਦਾ ਸੀ ਰਿਮਾਈਂਡਰ ਰਿਮਾਈਂਡਰ ਦੇਣਾ ਚਾਹੁੰਦਾ ਸੀਗਾ ਸੀਐਮ ਨੂੰ ਤੇ ਇੱਕ ਰਿਮਾਈਂਡਰ ਦੇਣਾ ਚਾਹੁੰਦਾ ਸੀਗਾ ਪ੍ਰਧਾਨ ਮੰਤਰੀ ਉਹਦੇ ਚ ਜਿਹੜੇ ਉਹਨਾਂ ਨੇ ਵਾਦੇ ਕੀਤੇ ਸੀ ਉਹ ਦੱਸਣਾ ਚਾਹੁੰਦਾ ਸੀ ਕਿੰਨੇ ਪੂਰੇ ਹੋਏ ਤੇ ਕਿੰਨੇ ਰਹਿ ਗਏ ਪਰ ਲੇਕਿਨ ਉਹ ਕਰ ਨਹੀਂ ਪਾਇਆ ਕਿਉਂਕਿ ਲੋਕ ਕਰਵਾ ਕੇ ਰਾਜੀ ਨਹੀਂ ਲੋਕ ਕਰਵਾ ਕੇ ਨਹੀਂ ਠੀਕ ਹੈ ਨਾ ਤਾਂ ਕੋਈ ਗਾ ਕੇ ਰਾਜੀ ਹੈ ਕਿ ਯਾਰ ਕੌਣ ਪੰਗਾ ਲੋਕਾਂ ਨਾਲ ਸਰਕਾਰ ਨਾਲ ਹਾਂ ਠੀਕ ਹੈ ਨਾ ਕੋਈ ਗਾ ਕੇ ਰਾਜੀ ਹੈ ਨਾ ਕੋਈ 뮤직 ਕਰਕੇ ਰਾਜੀ ਹੈ ਨਾ ਬਿਲਕੁਲ ਕੁਝ ਕਰਕੇ ਕੋਈ ਕਈ ਵਾਰੀ ਇਹ ਜਿਹਾ ਵੀ ਹੋਇਆ ਕਿ ਯਾਰ ਮੈਂ ਕਰਨਾ ਤਾਂ ਆ ਜਾਣਾ ਮਨ ਇਹਦਾ ਲੇਕਿਨ ਮੈਂ ਕਰਦਾ ਨਹੀਂ ਦੁਨੀਆ ਵਾਸਤੇ ਨਹੀਂ ਕਰਦਾ ਜਾਂ ਕੋਈ ਗਲਤ ਮੈਸੇਜ ਚਲਾ ਜਾਊਗਾ ਤਾਂ ਨਹੀਂ ਕਰਦਾ ਕੋਈ ਐ ਇਸ ਤਰ੍ਹਾਂ ਮੈਂ ਚੀਤੀ ਹੈ ਮੈਂ ਵਨ ਮੋਰ ਟਰੂਥ ਵੀਰਾ ਅਲੰਗ 뮤직 ਚ ਆਇਆ ਇੱਕ ਹੋਰ ਸੱਚ ਮੈਂ ਬਹੁਤ ਬਹੁਤ ਸੱਚ ਬੋਲਿਆ ਕੌੜਾ ਸੱਚ ਬੋਲਿਆ ਪਰ ਕਿਸੇ ਦੀ ਹਿੰਮਤ ਨਹੀਂ ਸੀ ਉਹਨੂੰ ਸ਼ੇਅਰ ਕਰਨ ਦੀ ਮੈਂ ਮੈਂ ਕੱਲ ਪਰਸੋਂ ਇੱਕ ਸਾਇਤ ਸਬਕਾਲਿਆ ਵਾਲੇ ਇੱਕ ਕਵੀ ਸਮੇਲਨ ਸੀ ਉਹਦੇ ਵਿੱਚ ਮੈਂ ਬੋਲ ਕੇ ਆ ਕਿ ਬੋਟਾ ਪਿਛੋ ਨਾ ਤੇਰੀ ਸਰਵੈਣੀ ਨਾ ਜਿੰਨਾ ਪਿੱਛੇ ਫਿਰਦਾ ਘਸੌਦਾ ਜੁੱਤੀਆਂ ਕਿਹੜੇ ਤੂੰ ਵਿਕਾਸ ਵਾਲੇ ਹੜ ਭਾਰਦੇ ਓ ਚੋਰਾ ਉਹਨਾਂ ਦਾ ਰੜੀਆਂ ਹੋਈਆਂ ਨੇ ਕੁੱਤੀਆਂ ਕਹਿੰਦਾ ਥੋੜੇ ਜਿਮੀ ਹਿੰਗਨੀਆਂ ਦੀ ਗੱਲ ਮਿਤਰਾ ਦਿੱਲੀ ਵੱਲ ਗਿਆ ਬੈਰੀਗੇਟ ਤੋੜਦਾ ਹਰੀ ਦਸਤਾਰ ਦਾ ਸਿਰ ਉਹ ਵੱਖਰਾ ਉਹ ਸੜਕਾਂ ਤੇ ਪੈਂਦਾ ਸੀ ਅੜਾਟ ਫੋੜਦਾ ਕਹਿੰਦਾ ਉਹੀ ਦਸਤਾਰ ਦੀ ਨੇ ਰੰਗ ਬਦਲੇ ਉੱਚੇ ਦੇ ਕੋਈ ਤੈਨੂੰ ਸਾਰ ਦਿੰਨਾ ਹੱਸ ਕੇ ਕਿਵੇਂ ਦੱਸ ਬਦਲੂ ਸਮਾਜ ਮੂਰਖਾ ਤੂੰ ਹੀ ਫਿਰ ਚੜਿਆ ਰਹਿ ਨੀ ਦੀ ਵਸਤੇ ਇਹ ਇਹ ਜਿੱਦਾਂ ਲਿਖਿਆ ਸੀ ਮੈਂ ਕਿਸਾਨੀ ਅੰਦੋਲਨ ਦੇ ਤੁਸੀਂ ਗਾਰੇ ਲੋਕ ਗਾਰੇ ਦਾ ਹੁਣ ਮੈਂ ਤੁਹਾਡੇ ਮੂੰਹ ਹੀ ਸੁਣ ਲੇ ਕਿ ਲੋਕ ਗਾਰੇ ਕਿਸਾਨੀ ਅੰਦੋਲਨ ਨਾਲ ਕਿੰਨਾ ਕਿ ਜੁੜੇ ਸੀ ਮੈਂ ਉੱਥੇ ਬਹੁਤ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਦੇਖੋ ਆਪਾਂ ਸਪੋਰਟ ਕਰਦੇ ਆ ਸਾਰੇ ਸਾਰਿਆਂ ਨੇ ਸਪੋਰਟ ਕੀਤੀ ਠੀਕ ਹੈ ਲੇਕਿਨ ਕਿਤਨੇ ਕਿਤੇ ਕਿਸਾਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਦੇ ਸੋਚਿਆ ਕਿ ਕਦੇ ਇਹ ਜਿਹਾ ਗਾਣਾ ਬਣਾਇਆ ਜਾਵੇ ਜਿੱਥੇ ਕਿਸਾਨ ਭਰਾਵਾਂ ਨੂੰ ਆਦੇ ਜ਼ਿਮੀਦਾਰਾਂ ਨੂੰ ਆਦੇ ਜ਼ਿਮੀਦਾਰ ਭਰਾਵਾਂ ਨੂੰ ਦੱਸਿਆ ਜਾਵੇ ਕਿ ਬਾਈ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਐ ਪਰ ਆ ਦੋ ਚਾਰ ਠੀਕ ਚੀਜ਼ਾਂ ਠੀਕ ਕਰ ਲੋ ਨਹੀਂ ਕੁਝ ਗੱਲਾਂ ਕੋਈ ਵੀ ਰੌਲਾ ਜੇ ਨਿਮੇੜ ਦਾ ਹੋਵੇ ਨਾ ਦੋਨਾਂ ਨੂੰ ਦੋਨੇ ਪਾਸੇ ਝੁਕਣਾ ਪੈਂਦਾ ਜੇ ਦੋਨਾਂ ਦੀ ਤੌਣ 'ਚ ਕਿੱਲੇ ਹੋਣ ਤਾਂ ਨਹੀਂ ਰੌਲੇ ਨਿਮੜਦੇ ਬਲਕਿ ਇਹ ਲੋਕ ਰੌਲੇ ਨਹੀਂ ਮਸਲੇ ਪਣਦੇ ਉਹਦਾ ਉਹ ਕਹਿੰਦੇ ਕਿ ਖਿਚੜੀ ਪੱਕ ਜਾਂਦੀ ਉਹ ਬੰਦਾ ਉਹ ਖੇਡਣ ਕਵਾਜ ਨਾ ਸੋ ਤਾਂ ਮਸਲਾ ਬਣ ਗਿਆ ਉਹ ਉਹ ਗੱਲ ਬਣ ਗਈ ਸੋ ਕਦੇ ਸੋਚਿਆ ਕਿ ਇਸ ਤਰ੍ਹਾਂ ਦਾ ਕੋਈ ਗਾਣਾ ਬਣਾਉਂ। ਨਹੀਂ ਉਹ ਪਾ ਉਹ ਮਹਾਲ ਸੀ ਉਹਦਾ ਉਹਦਾ ਇੱਕ ਪੁਸ਼ ਕਰਨ ਵਾਲਾ ਉਹ ਹਾਲ ਸੀ ਉਹਦਾ ਬਣਾਏ ਨਹੀਂ ਪੁਸ਼ ਕਰਨ ਵਾਲਾ ਤਾਂ ਚਲੋ ਬਨੇ ਕਦੇ ਸੋਚਿਆ ਕਿ ਹਾਂ ਜੀ ਇੱਕ ਗਾਣਾ ਬਣਾਈਏ ਕਿ ਯਾਰ ਕਿ ਆ ਚੀਜ਼ਾਂ ਗਲਤ ਹੋ ਰਹੀਆਂ ਮੈਂ ਕੁਝ ਨਾ ਜਾਣੇ ਮੈਂ ਵੈਸੀ ਸ਼ੋਸ਼ਲ ਲਿਖ ਦਨਾ ਉਹਨਾਂ ਉਹਨਾਂ ਚ ਉਹ ਗੱਲਾਂ ਆ ਜਾਂਦੀਆਂ ਇਹ ਉਹਦੇ ਵਿੱਚ ਇੱਕ ਮੈਂ ਬਾਪੂ ਗਾਣਾ ਹਜੇ ਰਿਕਾਰਡ ਨਹੀਂ ਕੀਤਾ ਉਹ ਤੇ ਸਿਗਾ ਕਦੇ ਵੀ ਨਾ ਹੁੰਦਾ ਸਾਡੇ ਅੱਖੀਆਂ ਚ ਪਾਣੀ ਹੋਏ ਉੜਦੀ ਨਾ ਹੁੰਦੀ ਇਹ ਲਾਈਫ ਦੀ ਕਹਾਣੀ ਹੋਏ ਮੈਂ ਵੀ ਨਗਰੀਬੀਆਂ ਚ ਮਰਦਾ ਖਿੜੇ ਹੁੰਦੇ ਸਾਡੇ ਲੂਂ ਲੂਜੇ ਹੁੰਦਾ ਤੇਰਾ ਪੁੱਤ ਬੇਰੋਜ਼ਗਾਰ ਨਾ ਜੇ ਸੱਚੀ ਬਾਪੂਰਾ ਪਹੁੰਦਾ ਤੂੰ ਕਹਿੰਦਾ ਕਿਤੇ ਵੀ ਨਾ ਵਿਕਦਾ ਨਿਆਹੀ ਵਾਲਾ ਖੇਤ ਹੁੰਦਾ ਜਿੱਥੇ ਸੀ ਸੁਹਾਗਾ ਉਹਦੂ ਮਰਦਾ ਬੇਬੇ ਵੀ ਨਾ ਮਰਦੀ ਇਲਾਜ ਤੋਂ ਬਿਨਾਂ ਤੇ ਸਾਖ ਟੁੱਟਦਾ ਨਾ ਪੈਣ ਮੁਟਿਆਰ ਦਾ ਸੱਚੀ ਸੁੱਚੀ ਹਾਸੀ ਗੰਦ ਹੱਸਦੇ ਉਤਰੇ ਨਾ ਹੁੰਦੇ ਸਾਡੇ ਮੂੰਹ ਐ ਹੁੰਦਾ ਤੇਰਾ ਪੁੱਤ ਬੇਰੋਜ਼ਗਾਰ ਨਾ ਜੇ ਸੱਚੀ ਬਾਪੂਰਾ ਪਹੁੰਦਾ ਤੂੰ ਫੇਰ ਲਿਖਿਆ بگੜੇ ਜ਼ਰੂਰ ਹੁੰਦੇ ਕਰਦੇ ਨਸ਼ਾ ਤੇ ਪੁੱਤ ਹੋਇਆ ਮਜਬੂਰ ਚਿੱਟਾ ਖਾਂਦਾ ਨਾ ਪੱਕੀ ਹੋਈ ਫਸਲ ਉਮੀਦਾਂ ਵਾਲੀ ਜੱਟ ਦੀ ਤੂੰ ਹੜਾ ਵਿੱਚ ਰੋੜ ਕੇ ਲੈ ਜਾਂਦਾ ਨਾ ਕੋਈ ਡਿੱਗਦਾ ਜਵਾਕ ਬੋਰ ਬੈਲ ਚ ਲੈਂਦਾ ਸਾਰੇ ਬੱਚਿਆਂ ਦੀ ਸੂੰਹ ਉਹਦਾ ਤੇਰਾ ਪੁੱਤ ਬੇਰੁਜ਼ਗਾਰ ਨਾ ਜੇ ਸੱਚੀ ਬਾਪੂ ਰੱਬ ਹੁੰਦਾ ਤੂੰ ਆ ਮੈਂ ਨੋਟਬੰਦੀ ਮੇਰੇ ਵੀ ਲਿਖਿਆ ਮੈਂ ਨੋਟਬੰਦੀ ਵੀ ਨੇ ਵੀ ਜੱਟ ਦਾ ਇੱਕ ਮਹਿਣਾ ਰੱਬ ਨੂੰ ਸੁਣਾਇਆ ਅਚਾ ਨਾ ਸਾਨੂੰ ਐਵੇਂ ਭੰਡਿਆ ਥਾਂ ਥਾਤੇ ਅਸੀਂ ਕਦੋਂ ਬੰਦੂਖਾ ਵਾਲੇ ਆ ਸਾਨੂੰ ਸਿਰ ਖੁਰਕਣ ਦੀ ਬੇਲ ਨਹੀਂ ਕਿਹੜੇ ਗੇੜੀ ਰੂਟਾ ਵਾਲੇ ਹੱਥਾਂ ਵਿੱਚ ਅਟਣ ਬੇਬੇ ਦੇ ਬੁਣ ਬੁਣ ਖੱਦਰ ਦੇ ਕੇਸਾਂ ਨੂੰ ਅਸੀਂ ਨੋਟ ਵਟਾ ਕੇ ਕੀ ਲੈਣਾ ਰੱਬਾ ਬਦਲ ਦੇ ਜੱਟ ਦੇ ਲੇਖਾ ਕਾ ਹੋਰ ਇਹ ਜਿਆ ਕਿਹਣੀ ਚੀਜ਼ ਹੈ ਜਿਹੜੀ ਰੱਖੀ ਬੈਠੇ ਹੋ ਅੰਦਰ ਜਿਹੜਾ ਆਨਵਾਣਾ ਕੁਝ ਮੈਂ ਨਾ ਇੱਕ ਇੱਕ ਗਾਣਾ ਸੀ ਪੰਜਾਬੀ ਮਾਂ ਬੋਲੀ ਤੇ ਮੈਂ ਗੁਰਦਾਸ ਮਾਨ ਸਾਹਿਬ ਮੋਰੇ ਵੀ ਉਹ ਕਿਤੇ ਮੇਰੇ ਸੀ ਤੇ ਉਹ ਪੇਜ ਕੀਤਾ ਸੀ ਤੇ ਉਹਨਾਂ ਨੇ ਪੇਜ ਮੱਥੇ ਨਾਲ ਆਇਆ ਵੈਕਟ ਪਾ ਕੇ ਲੱਗੇ ਪੁੱਛਿਆ ਮੈਂ ਨਹੀਂ ਤੇ ਦੱਸਿਆ ਉਹਨਾਂ ਨੇ ਨਿਕਰਨਾ ਕੀ ਉਹ ਕਦੇ ਸੋਚਿਆ ਵੀ ਕਿਸੇ ਮੁਕਾਮ ਤੇ ਪਹੁੰਚ ਕੇ ਪੰਜਾਬੀ ਮਾਂ ਬੋਲੀ ਨੂੰ ਰੈਡੀਗੇਟ ਕਰੂੰਗਾ ਕਦਾ ਪੰਜਾਬੀ ਮਾਂ ਬੋਲੀ ਦੇ ਗਾਣੇ ਹਾਂਜੀ ਵਾਲੇ ਰੱਖਿਆ ਹੈ ਔਰ ਲਾ ਕਿਦਾ ਐਵੇਂ ਹੀ ਉਹ ਕੁੜੀ ਤੇ ਅੱਛਾ ਜੀ ਇਹ ਨਹੀਂ ਮੈਂ ਬੋਲ ਸੁਣਾ ਸਕਦਾ ਕਿਉਂਕਿ ਮੈਂ ਅਜੇ ਮੇਰਾ ਕਦ ਬੂਕ ਤੋਂ ਓਡਾ ਨਹੀਂ ਹੋਇਆ ਵੀ ਮੈਂ ਉਹ ਗਾਵਾਂ ਪਰ ਮੈਂ ਬੋਲ ਸੁਣਾ ਸਕਦਾ ਉਹ ਉਹਦੇ ਬੋਲ ਸੀਗੇ ਉਹ ਅਮਲਤਾਸ਼ ਦੀ ਬੇਅਜਈ ਕਣਕਾਂ ਤੇ ਪਈ ਤਰੇਲ ਜੀ ਉਹਦਾ ਮੁਰਤੇ ਹੱਸਣਾ ਯਾਦ ਮੈਨੂੰ ਨੈਣਾ ਦੀ ਮਾਰ ਗੁਲੇਲ ਜੀ ਉਹ ਸ਼ਹਿਜ਼ਾਦੀ ਬਨਰਾਤਾਂ ਦੀ ਖਾਬਾਂ ਵਿੱਚ ਫੇਰਾ ਪਾ ਚੱਲੀ ਆਸ਼ਕ ਤੋਂ ਸ਼ਾਇਰ ਕਰ ਮੈਨੂੰ ਇੱਕ ਕਮਲੀ ਪੀਤ ਲਿਖਾ ਚ ਨੇ ਓਏ ਕਹਿੰਦਾ ਉਹਨੂੰ ਦੁਨੀਆ ਦਾ ਕੋਈ ਡਰ ਨਹੀਂ ਸੀ ਉਹ ਸਾਫ਼ ਸਮੁੰਦਰ ਦਾ ਪਾਣੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਚੱਲੀ ਬਣ ਮੇਰੇ ਨਾਲ ਮੇਰੀ ਹਣੀ ਕਰ ਚੋਲ ਮੋਹਰ ਅਣ ਭੁੱਲੇ ਜੇ ਜ਼ਿੰਦਗੀ ਵਿੱਚ ਪੈਣਾ ਪਾ ਚੱਲੀ ਆਸ਼ਕ ਤੋਂ ਸ਼ਾਇਰ ਕਰ ਮੈਨੂੰ ਇੱਕ ਕਮਲੀ ਗੀਤ ਲਿਖਾ ਚਲੀ ਕਹਿੰਦਾ ਮੈਂ ਉਸ ਕੁੜੀ ਦੀ ਗੱਲ ਕੀਤੀ ਜੋ ਭੈਣ ਵੀ ਐ ਤੇ ਧੀ ਵੀ ਐ ਇਹ ਨੂੰ ਸਸਤੇ ਮਾਂ ਹੈ ਸਭੀ ਸਾਡੀ ਮਾਂ ਬੋਲੀ ਵੀ ਐ ਇੱਕ ਕਲਪਨਾ ਹੈਰੀ ਦੀ ਨੈਣਾ ਚੋਂ ਨੀਰ ਵਗਾ ਚੱਲੀ ਆਸ਼ਕ ਤੋਂ ਸ਼ਾਇਰ ਕਰ ਮੈਨੂੰ ਇੱਕ ਕਮਲੀ ਗੀਤ ਲਿਖਾ ਚਲੀ ਇੱਕ ਹੋਰ ਬੜਾ ਉਹਦੇ ਵਿੱਚ ਅੰਤਰਾ ਸੀਗਾ ਅਸੀਂ ਦੇ ਅੰਗਰੇਜ਼ੀ ਪੁੱਤਾਂ ਨੂੰ ਬਾਪੂ ਤੋਂ ਡੈਡ ਕਹਾ ਚੱਲਦੇ ਜੋ ਲੁੱਟ ਗਏ ਤੇ ਕੁੱਟ ਗਏ ਉਹਦੀ ਬੋਲੀ ਅਪਣਾ ਚੱਲੀ ਸਾਡੀ ਆਪਣੀ ਲਹੂ ਲਹਾਨ ਕਰੀ ਮਾਂ ਬੋਲੀ ਅੱਜ ਕੁਰਲਾ ਚੰਲੀ ਆਸ਼ਕ ਤੋਂ ਸ਼ਾਇਰ ਕਰ ਮੈਨੂੰ ਇੱਕ ਕਮੜੀ ਗੀਤ ਲਖਾ ਚੰਗੇ ਇੱਕ ਚੀਜ਼ ਹੋਰ ਤੁਹਾਡੇ ਗਾਣਿਆਂ ਦੇ ਵਿੱਚ ਨਾ ਥੂ ਠਾਂ ਠੀਕ ਹੈ ਇਹ ਆ ਮੈਂ ਕਹਾ ਕਿ ਥੋੜੇ ਚੱਕਵੇਂ ਗਾਣੇ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਉਹ ਵਜਾ ਕੁਝ ਜਿਹੜਾ ਸੁਣ ਲਓ ਠੀਕ ਹੈ ਜਿੰਨੇ ਵੀ ਤੁਸੀਂ ਮੈਨੂੰ ਇਹ ਦੱਸਿਆ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿਤਨੇ ਕਿਤੇ ਕੀ ਹੈ ਉਹ ਨਹੀਂ ਮੇਰੇ ਸ਼ੋਸ਼ਣ ਵੀ ਬਹੁਤ ਹੈ ਤੇ ਐ ਕਿਸੀ ਪਿਕਚਰ ਕੀਤਾ ਹੈ ਪਿਕਚਰ ਸੀਗਾ ਇਹਦੇ ਵਿੱਚ ਹਥਿਆਰ ਦਿਖਾਏ ਜਾਂ ਸੀ ਪਰ ਉਹਦੇ ਵਿੱਚ ਵੀ ਇੱਕ ਮੈਸੇਜ ਹੈ ਬਹੁਤ ਵੱਡਾ ਉਹਦੇ ਵਿੱਚ ਵੀ ਕੁੜੀ ਨੇ ਕਿਹਾ ਮੌਤ ਵੱਲ ਨੂੰ ਲੈ ਜਾਂਦੇ ਐਸੇ ਰਾਹ ਹੁੰਦੇ ਮਾਂ ਮਾਤਰ ਸਣ ਪੁੱਤਰਾਂ ਨੂੰ ਪੁੱਤ ਲਾਪਤਾ ਦੇਖੋ ਇਹ ਇਹ 17 ਸੁਣ ਕੇ ਮੈਂ ਤੁਹਾਡੇ ਜਿਹੜੇ ਕਈ 17 ਸੁਨੀਆਂ ਨੇ ਠੀਕ ਹੈ ਮਨੋਂ ਆਪਣੀ ਆਵਾਜ਼ ਨਿਕਲੀ ਠੀਕ ਹੈ ਆਪਣੇਲ ਕੀ ਆਵਾਜ਼ ਨਿਕਲਦੀ ਹੈ ਠੀਕ ਹੈ ਉਹ 17 ਇਹ ਜੀਆਂ ਨੇ ਸੁਣਨ ਨੂੰ ਮਜ਼ਾ ਆਉਂਦਾ ਹੈ ਸੁਣ ਕੇ ਉਹ ਨਾ ਚਾਹੀਦਾ ਉਹਦੇ ਵਿੱਚ ਵੀ ਕਿ ਲੇਕਿਨ ਲੇਕਿਨ ਵਿੱਚ ਲਚਕਤਾ ਆ ਜਾਂਦੀ ਹੈ ਅੱਜ ਕੱਲ ਜਿੰਨੇ ਗਾਣੇ ਆ ਰਹੇ ਕਹਿੰਦੇ ਮੈਂ ਨਾ ਇੱਕ ਚਲੋ ਤੁਸੀਂ ਇਹ ਗੱਲ ਮੈਨੂੰ ਡਾਇਰੈਕਟਲੀ ਦੱਸਿਆ ਜੀ ਗਾਣਾ ਚਲਾਉਣ ਵਾਸਤੇ ਕਦੇ ਇਹ ਹੀ ਚੀਜ਼ ਵਰਤੀ ਜਾਂ ਵਰਤਰੀ ਪੈਂਦੀ ਹੈ ਵਰਤਰੀ ਪੈਂਦੀ ਹੈ ਵਰਤਨੀ ਪੈਂਦੀ ਹੋਣੀ ਹੈ ਪਰ ਆਪਾਂ ਨਹੀਂ ਵਰਤੀ ਓਕੇ ਕਿੰਨਾ ਕਰੋ ਪਾਇਆ ਆਉਂਦਾ ਅਸੀਂ ਨਹੀਂ ਵਰਤੀ ਲਕਚਰਤਾ ਕੀ ਨੂੰ ਮੰਨਦੇ ਹੋ ਤੁਸੀਂ ਇੱਕ ਤਾਂ ਨਗੇਜ ਦਿਖਾਉਣਾ ਦੇਖੋ ਜੀ ਲਕਚਰਤਾ ਦਾ ਕੋਈ ਡੈਫੀਨੇਸ਼ਨ ਹੈ ਜਿਵੇਂ ਹਰਾਸਮੈਂਟ ਦੀ ਜਾਂ ਕਿਸੇ ਨਾਲ ਕਿਸੇ ਨਾਲ ਕੁੱਟਾ ਦੇਦਾ ਕੰਮ ਕਰਦਾ ਲਕਚਰਤਾ ਨਹੀਂ ਹੈ ਮੈਨੂੰ ਮੈਂ ਦੱਸ ਦਿਆਂ ਲਕਚਰਤਾ ਤਾਂ ਸ਼ੁਰੂ ਤੋਂ ਪੱਟੇ ਕਲਾਕਾਰਾਂ ਜਿਨ੍ਹਾਂ ਨੂੰ ਆਪਾਂ ਕੰਨਾਂ ਨੂੰ ਹੱਥ ਲਾ ਕੇ ਜਿੰਨਾ ਦਾ ਰਾ ਰਹੇ ਨੇ ਮਹਮਦ ਸਰੀਕ ਸਾਹਿਬ ਬਿਲਕੁਲ ਉਹਨਾਂ ਦੇ ਬੜੇ ਪਰਿਵਾਰ ਇੱਕ ਗਾਣੇ ਸੀ ਪਰ ਇੱਕ ਗਾਣਾ ਅੱਜ ਵੀ ਮੈਨੂੰ ਲੱਚਰ ਲੱਗਦਾ ਹੈ ਅ ਦਿਉਰ ਪਰਜਾਈ ਦਾ ਗੀਤ ਸੀਗਾ ਉਹਦੇ ਬੋਲ ਸੀ ਤੇਰੇ ਵੀਰ ਦੀ ਦਿਉਰਾ ਮੇ ਸੁਨਾਮਾ ਤੈਨੂੰ ਗੱਲ ਵੀ ਮੈਂ ਪਰਸੋਂ ਵਿਆਹੀ ਤੇ ਉਹ ਤੁਰ ਗਿਆ ਕੱਲ ਮੇਰੇ ਦਿਲ ਤੇ ਜੋ ਬੀਤੇ ਕੌਣ ਜਾਣਦਾ ਵੇ ਘਰੇ ਫਿਰੇ ਤੂੰ ਕੁਵਾਰਾ ਮੇਰੇ ਹਾਨ ਦਾ ਉਹ ਬਿਲਕੁਲ ਲੱਚਰ ਗਾਣਾ ਸੀ ਮੈਂ ਉਹੀ ਕਹਿ ਰਿਹਾ ਨਾ ਦੇਖੋ ਜੀ ਇਹ ਤਾਂ ਚਲੋ ਇਹ ਆ ਦਾ ਲੱਚਰ ਜੋ ਡਾਇਰੈਕਟ ਆਪਾਂ ਨੂੰ ਲੱਗ ਰਿਹਾ ਠੀਕ ਹੈ ਕਿਆ ਕਹਿੰਦੇ ਨੇ ਕਿ ਜਦੋਦਲਦੀਪ ਮਾਨਕ ਸਾਹਿਬ ਦੇ ਬਾਪੀ ਦੇਮ ਤਰੀਕਿਆਂ ਵਾਲਾ ਸਭ ਬਹੁਤ ਵੱਡਾ ਰਾਇ ਬਹੁਤ ਉਹਨਾਂ ਨੇ ਘੈਂਟ ਗੱਲਾਂ ਬਤਾ ਲਿਖੀਆਂ ਤੇ ਪਰ ਉਹਨਾਂ ਚ ਵੀ ਜਨਾਨੀ ਦੇ ਸਾਰੇ ਅੰਗਾਂ ਨੂੰ ਐ ਸ਼ੋ ਕੀਤਾ ਗਿਆ ਸ਼ਾਪੀ ਤੱਕ ਤੋ ਲਾਹੌਰ ਦਾ ਤੇਰੀ ਸ਼ੇਰਾਂ ਰੰਨੇ ਪੱਟ ਜਾਨੀ ਕਿ ਉਹਨੇ ਕੀ ਨਹੀਂ ਰੰਨ ਤੋਂ ਬਿਨਾ ਸ਼ਬਦ ਨਹੀਂ ਵਰਤੇ ਤੇ ਬਹੁਤ ਲਚਰਤਾ ਪ੍ਰੋਸੀ ਹਾਂ ਤੇ ਜਿਵੇਂ ਹੁਣ ਆਪਾਂ ਜੇ ਬਾਲੋਗਰ ਆਪਾਂ ਇੱਕ ਵੈਸੇ ਦੂਸਰਾਂ ਬਾਲੀਵੁੱਡ ਵੀ ਚੱਲ ਜੀਏ ਜਾਂ ਉਸ ਤਰ੍ਹਾਂ ਦੇ ਚੱਲ ਜੀਏ ਕੰਜਰੀ ਕਨਾਲ ਕਰਦੀ ਬਿਲਕੁਲ ਠੀਕ ਹੈ ਵਰਡ ਦਾ ਕੰਜਰੀ ਯੂਜ਼ ਕੀਤਾ ਹੈ ਕੰਜਰੀ ਕੰਜਰੀ ਵਰਡ ਕੀ ਹੈ ਮਾਨਕ ਸਾਹਿਬ ਦੇ ਬਹੁਤ ਗਾਣਿਆਂ ਦੇ ਵਿੱਚ ਰਨ ਸ਼ਬਦ ਵਰਤੇ ਹਨ ਰਨ ਹੋ ਗਿਆ ਚਲੋ ਰਨ ਦਾ ਫੇਰ ਵੀ ਚਲੋ ਆਪਾਂ ਇੱਕ ਵਾਰ ਕਰ ਲੈਂਦੇ ਹਾਂ ਮੈਂ ਬਾਰਿਸ਼ਾ ਸਾਹਿਬ ਦੀ ਹੀਰ ਪੜੀ ਹੋਈ ਬਿਲਕੁਲ ਉਹਨਾਂ ਨੇ ਉਹ ਲਿਖਿਆ ਹੈ ਬਾਈ ਜੀ ਜਿਹੜਾ ਮੂੰਹ ਚ ਆਇਆ ਉਹਨਾਂ ਦੀ ਮੈਂ ਕਹਿੰਦਾ ਵੀ ਇੰਨੇ ਗੰਦੇ ਸ਼ਬਦ ਲਿਖੇ ਹੈ ਵੀ ਤੁਸੀਂ ਉਹ ਹੀਰ ਪੜੋਗੇ ਉਹ ਸ਼ੋਧ ਕੇ ਮੈਨੂੰ ਪਤਾ ਗੁਰਦਾਸ ਮਾਨ ਸਾਹਿਬ ਨੇ ਉਹ ਫਿਲਮ ਬਣਾਈ ਹੈ ਜੇ ਉਵੇਂ ਫਿਲਮ ਬਣਾਉਣੀ ਹੋਵੇ ਤਾਂ ਹੁਣ ਤਾਂ ਸੋਸ਼ਲ ਮੀਡੀਆ ਤੇ ਜੋਗ ਹੈ ਬਾਈ ਜੀ ਬਦਲਮੀ ਬਦਲਮੀ ਸਾਨੂੰ ਕੀ ਲੱਗਦਾ ਇਹ ਇਹਨੂੰ ਸੈਂਸਰ ਕਰਨਾ ਚਾਹੀਦਾ ਹੈ ਇਹ ਗੀਤ ਕਿਵੇਂ ਲੈਣਾ ਚਾਹੀਦਾ ਹੈ ਇੱਕ ਕਲਾਕਾਰ ਦੇ ਨਾਲ ਤੁਸੀਂ ਕੋਈ ਗਾਓ ਫਿਰ ਇੱਕ ਰੂਲ ਹੋਵੇ ਜਾਂ ਤਾਂ ਸਰੋਤੇ 'ਚ ਲੱਚਰਤਾ ਨਾ ਕਹਿਣ ਹਮ ਮੈਂ ਬਹੁਤ ਸ਼ੋਅ ਸ਼ਰ ਗਾਣੇ ਗਾਏ ਮੇਰੇ ਗਾਣੇ ਨਹੀਂ ਚੱਲੇ ਉਹ ਸਾਨੂੰ ਹਥਿਆਰਾਂ ਵਾਲੇ ਚਰੌਣੇ ਪਈ ਗਾਣੇ ਭਈ ਲਿਖਨੇ ਭਈ ਗਾਉਣੇ ਪਹਿਲੇ ਲਿਖਣੇ ਭਈ ਚਲੋ ਵੀਡੀਓਗ੍ਰਾਫਰ ਦੀ ਉਹ ਹੈ ਵੀ ਅਸੀਂ ਐ ਬਣਾਉਣਾ ਇਹਨੂੰ ਜਦੋਂ ਉਹਨਾਂ ਤੇ ਰੀਲਾਂ ਬਣਦੀਆਂ ਨਸ਼ੇ ਤੇ ਤੁਸੀਂ ਗਾਣਾ ਗਾ ਦਿਓ ਛੱਟ ਰੀਲ ਬਣੂਗੀ ਖਵਾ ਦੇ ਨਾਗਣੀ ਦਾ ਭੋਰਾ ਹਾਂ ਦੇਖੋ ਨਸ਼ਾ ਪ੍ਰਮੋਟ ਕਰੋ ਕੋਲ ਲਿਪ ਦਾ ਗਾਦੇ ਅਸੀਂ ਪਾਇਆ ਇਹ ਚ ਇਹ ਚ ਥੋੜਾ ਜਿਹਾ ਕੀਤਾ ਕੇਸ ਦੇਖ ਲਓ ਦਿਲਜੀਤ ਭਾਈ ਦਾ ਗਾਣਾ ਹੈ ਕੇਸ ਗਾਣਾ ہاں ਬਿਲਕੁਲ ਨਹੀਂ ਹੈ ਅਫੇਨ ਡਾਇਰੈਕਟਲੀ ਸਿੱਧੀ ਗੱਲ ਹੋਏ ਕੋਈ ਤੋੜਾ ਮਾਤਾ ਆਮੀ ਹੈ ਨਾਰਮਲੀ ਕਰ ਰਹੇ ਹਾਂ ਕਾਲਾ ਮਾਤਾ ਨਸ਼ਾ ਦਾ ਫੈਦਵਿਨ ਜੀ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਮੇਰਾ ਸਾਰਾ ਕੁਝ ਨਸ਼ਾ ਬਾਟਰਨੀ ਟੱਪ ਦਾ ਚਿੱਟਾ ਗੱਭਰੂ ਲੁਧਿਆਣੇ ਡੀਕ ਦਾ ਪਤਾ ਨਹੀਂ ਉਹ ਕਿੱਥੇ ਉਹ ਬੀਤ ਬਲਜੀਤ ਭਾਜੀ ਦਾ ਸੀ ਗਾਣਾ ਪਰ ਉਹਨਾਂ ਨੇ ਕਿਸੇ ਸ਼ੋਸ਼ ਉਹ ਵਿਸ਼ਾ ਸੀ ਉਹਨੂੰ ਪਤਾ ਸੀ ਵੀ ਇਹ ਚੀਜ਼ ਬਾਦਰਾ ਤੋਂ ਆ ਰਹੀ ਆ ਰਹੀ ਹੈ ਉਹਨੇ ਉਹ ਸਾਹ ਨਹੀਂ ਦੇਖਿਆ ਉਹਨੂੰ ਹਾਈਲਾਈਟ ਨਹੀਂ ਕੀਤਾ ਜਾ ਸਕਦਾ ਦੇਖੋ ਕਈ ਵਾਰੀ ਕੋਈ ਚੀਜ਼ ਦਿਖਾਣ ਨਾਲ ਤੁਸੀਂ ਹਾਈਲਾਈਟ ਵੀ ਕਰ ਸਕਦੇ ਸਰਕਾਰਾਂ ਨੂੰ ਪਤਾ ਕਿਵੇਂ ਲੱਗੇ ਬਿਲਕੁਲ ਬਿਲਕੁਲ ਉਹ ਕੀ ਰਿਹਾ ਅੰਦਰ ਕਿਵੇਂ ਆਮ ਪਤਾ ਲੱਗੇ ਮੈਂ ਇੱਕ ਸਿੱਤੂ ਮੂਸੇ ਵਾਲਾ ਬਾਈ ਜੀ ਨੂੰ ਮੈਂ ਡੈਰਿਕਟ ਗਾਣਾ ਕੀਤਾ ਸੀ ਤੇ ਉਹ ਪੀਵੀ 11 ਬ੍ਰੈਕਡੀ ਪੇਜ ਦੇ ਉੱਤੇ ਕਾਫੀ ਵਾਇਰਲ ਹੋਇਆ ਹੂੰ ਉਹਦੇ ਵਿੱਚ ਲਿਖਿਆ ਸੀਗਾ ਕਿਤੇ ਵੀ ਨਾ ਹੁੰਦੀ ਗੱਲ ਗੋੜੀਆਂ ਬੰਦੂਖਾਂ ਦੀ ਤੇ ਲੱਗਦੀ ਨਾ ਅਸਲੀ ਦੀ ਜਾਗ ਓਏ ਸ਼ਰਿਆਮ ਮੋੜਾ ਤੇ ਨਾ ਮਰਦੇ ਜਵਾਨ ਹੈਰੀ ਸਿਵਿਆਂ ਨੂੰ ਜਾਂਦੇ ਨਾ ਸੁਹਾਗ ਓਏ ਸੱਚੀ ਇਹ ਕਲਮ ਟੱਪੀ ਵਾਲੇ ਦੀ ਲੋਚ ਦੀ ਸੁਖਾ ਸੁਖਾਰੇ ਵੇਲੇ ਨੂੰ ਓਏ ਹੁੰਦਾ ਤੇਰਾ ਪੁੱਤ ਬੇਰੋਜ਼ਗਾਰ ਨਾ ਸੱਚੀ ਬਾਪੂਰਾ ਹੁੰਦਾ ਤੂੰ ਵੈਸੇ ਹੋਰ ਇੰਡਸਟਰੀ 'ਚ ਹੁਣ ਤੁਸੀਂ ਅਗਰ ਜੇ ਤੁਹਾਨੂੰ ਮੌਕਾ ਮਿਲੇ ਇੰਡਸਟਰੀ 'ਚ ਕੀ ਬਦਲਣਾ ਚਾਹੋਗੇ ਯਾ ਆਰਟ ਦੀ ਕਲਾ ਕਰਚ ਕੀ ਬਦਲ ਚਾਹੋਗੇ ਮੇਰੀ ਮੈਂ ਬਸ ਸਟੈਟਿ ਮੇਰੀ ਇਹ ਵੀ ਮੈਂ ਐਕਸਪੈਰੀਮੈਂਟ ਹੁਣ ਪੰਜ ਗਾਣੇ ਸਾਡੇ ਆ ਰਹੇ ਆ ਡਿਪਸ ਮੈਲੋਡੀਸ ਤੋਂ ਪੰਜੇ ਡਿਫਰੈਂਟ ਡਿਫਰੈਂਟ ਅਸੀਂ ਤਾਰ ਰੱਖਿਆ ਵੀ ਕੀ پتہ ਕਿਹੜਾ ਕਿਸੇ ਨੂੰ ਪਸੰਦ ਫਿਰ ਉਸ ਜੌਨ ਚ ਹੀ ਰਵਾਂਗੇ ਕੱਲ ਜਿਹੜਾ ਗਾਣਾ ਆ ਰਿਹਾ ਉਹ ਸੁਣਾ ਸਕਦੇ ਹੋ ਬਿਲਕੁਲ ਦੋ ਕਬੂਲ ਹਾਂ ਆਦਾਨੇ ਕਿ ਮੇਨ ਲਾਈਨ ਰੱਖ ਲਾਂਗੀ ਹਮ ਆਪਾਂ ਉਹ ਡਿਊਟ ਗਾਰਡ ਹੈ ਜੀ ਕੁੜੀ ਤੇ ਮੁੰਡੇ ਦੇ ਸਵਾਲ ਜਵਾਬ ਹੈ ਸੁਖਨਾਂਡ ਪੈਂਤੀਓ ਪੱਲਾਸ ਹੋ ਗਏ ਛੱਟਦੇ ਉਹ ਮੋੜਾਂ ਉੱਤੇ ਨੌਣੇ ਮੋਰਚੇ ਆਹ ਧੜੀ ਵਿੱਚ ਕੋਈ ਕੋਈ ਚਿੱਟਾ ਜਾਗਦਾ ਪਰ ਫਰਕ ਕੀ ਨਹੀਂ ਪਿਆ ਮਿੱਤਰਾਂ ਦੀ ਤੌਰ ਤੇ ਸ਼ੇਖ ਚਿੱਲੀ ਵਾਂਗੂ ਵੇ ਪਕਾਈ ਜਾਂਨੇ ਓ ਸ਼ੇਖ ਚਿੱਲੀ ਵਾਂਗੂ ਵੇ ਪਕਾਈ ਜਾਂਨੇ ਓ ਫੂਸ ਨਾਲ ਜਿੰਨੇ ਵੀ ਪਕਾਈ ਦੇ ਵੜੇ ਮੈਂ ਕਿ ਉਹ ਨਾਗ ਬੁਲਕਾਰੀਆਂ ਦਾ ਬੁਰਦਾ ਸ਼ਹਿਰਨੀ ਜਿੰਨੇ ਗੁਣਕਾਰੀ ਬੀਬਾ ਹੁੰਦੇ ਐ ਛੜੇ ਪਾਜੀ ਤੁਹਾਡੇ ਨਾਲ ਗੱਲਾਂ ਕਰਨ ਦਾ ਬਹੁਤ ਦਿਲ ਹੈ ਹੋਰ ਬਹੁਤ ਚੀਜ਼ਾਂ ਤੁਹਾਡੇ ਤੋਂ ਜਾਨਣਾ ਚਾਹਨਾ ਕਿਉਂਕਿ ਜਿਸ ਤਰ੍ਹਾਂ ਦੀ ਤੁਹਾਡੀ ਲਿਖਤ ਹੈ ਦਿਲ ਨੂੰ ਛੂੰਦੀ ਹੈ ਤੇ ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਸੱਚੀ ਨਜ਼ਰ ਆਇਆ ਦੇ ਲੋ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਦੱਸ ਕੇ ਜਾਏ ਜੀ ਕਿਉਂਕਿ ਹੋਰ ਕੀ ਕਹਿਣਾ ਚਾਹੂंगे ਇਸ ਬਾਰੇ ਮੈਂ ਹਰ ਹਰ ਇਹ ਚੀਜ਼ ਨਾ ਅੱਜਕੱਲ ਬਹੁਤ ਦਿੱਕਤਾਂ ਦੇ ਰਹੀਆਂ ਨੇ ਕੱਲ ਇੱਕ ਖਬਰ ਆਈ ਕਿ ਜੀ ਇੱਕ ਇੱਕ ਕੁੜੀ ਨੇ ਇੱਕ ਬாய்ਫਰੈਂਡ ਦਾ ਕਤਲ ਕਰਤਾ ਇੱਕ ਹੋਟਲ ਦੇ ਵਿੱਚ ਠੀਕ ਹੈ ਚਲੋ ਜੋ ਵੀ ਰੋਲਾ ਸੀ ਜਾਂ ਜੋ ਵੀ ਗੱਲਬਾਤ ਸੀਗੀ ਰਿਸ਼ਤੇ ਕਿੰਨੇ ਖਤ ਬਹੁਤ ਖਤਮ ਹੁੰਦੇ ਜਾ ਰਹੇ ਨੇ ਰਿਸ਼ਤੇ ਬਹੁਤ ਕੰਪਲਿਕੇਟਿਡ ਹੁੰਦੇ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਰਿਸ਼ਤੇ ਖਤਮ ਇਹ ਤਾਂ ਆਮੀ ਤੁਹਾਨੂੰ ਬੱਸਾਂ ਦੇ ਵਿੱਚ ਇੱਕ ਲਿਖੀ ਮਿਲਦੀ ਮੰਗੀ ਹੈ ਲਾਈਨ ਪਹਿਲਾਂ ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ ਰਿਸ਼ਤੇ ਪੱਕੀ ਸੀ ਇਨਸਾਨ ਸੱਚੀ ਸੀ ਹੋਣ ਬੰਦਾ ਇਥੋਂ ਤੇ ਇਥੋਂ ਅਲੱਗ ਲੱਗੇ ਡਬਲ ਫੇਸ ਹੈ ਮੈਂ ਲਿਖਿਆ ਸੀ ਮੌਸਮ ਵਾਂਗੂ ਸ਼ਾਇਦ ਬਦਲਣਾ ਸਾਨੂੰ ਨਹੀਂ ਆਉਦਾ ਇੱਥੇ ਪੈਰ ਪੈਰ ਤੇ ਲੋਕ ਦੋਸਤਾ ਰੰਗ ਬਦਲਦੇ ਨੇ ਪਈ ਮੁਸੀਬਤ ਬਾਗ ਬਰੋਲੇ ਹਿੰਮਤ ੁੱਟ ਜਾਂਦੀ ਇੱਥੇ ਖੁਸ਼ੀਆਂ ਵੜੇ ਕਮਲਿਆ ਸੋ ਸੋ ਢੰਗ ਬਦਲਦੇ ਨੇ ਕਹਿੰਦਾ ਛੱਡ ਦੇ ਖੜਾ ਹੈਰੀ ਵਾਂਗ ਤਾਰਿਆਂ ਟੁੱਟ ਜੇਗਾ ਇਹ ਤਾਂ ਲੋੜ ਪੈਣ ਤੇ ਲੋਕ ਦੋਸ ਸੋ ਚੰਦ ਬਦਲਦੇ ਨੇ ਇਹ ਤਾਂ ਰਿਸ਼ਤੇ ਯਾਨੀ ਕਿ ਲੋਕ ਬਦਲਦੇ ਲੋੜਾ ਵਾਲੇ ਰਿਸ਼ਤੇ ਸਾਂਭੇ ਜਾਂਦੇ ਆ ਤੇ ਨਹੀਂ ਤਾਂ ਰਿਸ਼ਤੇ ਦੀ ਗੀਤ ਕੋਈ ਗੀਤ ਲਿਖਣ ਦੀ ਤਿਆਰੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਬਦਲਦੇ ਹਾਲਾਤਾਂ ਦੇ ਉੱਤੇ ਨਹੀਂ ਮੈਂ ਵੈਸੇ ਗੀਤ ਨਹੀਂ ਕਹਿ ਸਕਦੇ ਪਰ ਆਮ ਜਿਹੜੀਆਂ ਕਵਿਤਾਵਾਂ ਤੋਂ ਜਾਂ ਇਹ ਬਹੁਤ ਲਿਖੀਆਂ ਰਿਸ਼ਤਿਆਂ ਤੇ 17 ਜਾਂਦੇ ਜਾਂਦੇ ਰਿਸ਼ਤਿਆਂ ਦੇ ਉੱਤੇ ਅਨ ਚੰਗਾ ਸਮਾਸੀ ਚੰਗਾ ਸੀ ਹਵਾ ਪਾਣੀ ਪਹਿਲਾਂ ਲੋਕ ਸੀ ਦਿਲਾਂ ਦੇ ਸਾਫ ਮੀਆਂ ਸੱਚੀ ਵਿਆਹ ਜਿੰਨਾ ਸੀ ਚਾਹ ਚੜਦਾ ਆਉਂਦੀ ਜਦੋਂ ਸੱਜਣ ਦੀ ڈاک ਮੀਆਂ ਆਉਂਦੀ ਜਦੋਂ ਸੱਜਣ ਦੀ ڈاک ਮੀਆਂ ਬੰਦ ਮੁਠੀ ਵਿੱਚ ਸਾਂਭ ਕੇ ਰੱਖ ਹੈ ਰਿਸ਼ਤੇ ਉੜਦੇ ਨੇ ਬਣ ਕੇ ਭਾਫ ਮੀਆਂ ਰਿਸ਼ਤੇ ਉੜਦੇ ਨੇ ਬਣ ਕੇ ਭਾਫ ਮੀਆਂ ਹੁਣ ਤਾਂ ਚਾਪਲੂਸੀ ਕਰਕੇ ਰਿਸ਼ਤੇ ਬਚਾਉਣ ਵਾਲੀ ਗੱਲ ਹੈ ਰਿਸ਼ਤਿਆਂ ਚ ਕੱਖ ਰਿਹਾ ਨਹੀਂ ਕਿਉਂਕਿ ਬੰਦਾ ਇੱਥੋਂ ਬੋੜ ਹੈ ਤੇ ਇੱਥੋਂ ਕੁਝ ਹੋਰ ਹੈ ਭਾਜੀ ਡਬਲ ਫੇਸ ਪੈਸਾ ਦੇ ਰਿਸ਼ਤੇ ਆ ਤੇ ਕਿੰਨਾ ਕੁ ਫਰਕ ਪਾਦਾ ਉਨ ਭਾਈ ਦੀ ਦੌੜ ਹੀ ਪੈਸੇ ਦੀ ਲੱਗੀ ਹੋਈ ਹੈ ਰਿਸ਼ਤੇ ਤਾਂ ਖਤਮ ਹੀ ਪੈਸੇ ਨਹੀਂ ਕਰਤੇ ਆਪਣਾ ਕੋਈ ਦੂਰ ਦਾ ਰਿਸ਼ਤੇਦਾਰ ਗਾ ਜੱਜ ਲੱਗੇ ਆ ਉਹ ਬੰਦਾ ਉਹਦਾ ਦੱਸੂਗਾ ਜੱਜ ਭਾਅ ਪੁੱਛਦਾ ਨਾ ਹੋਵੇ ਜੱਜ ਦੇ ਸਕਿਉਰਟੀ ਗਾਰਡ ਵੀ ਨਾ ਬਣਾਉਂਦੇ ਹੁਣ ਤੇ ਜੇ ਕੋਈ ਨੇੜ ਦਾ ਜਮਾ ਸਕਾ ਚਪੜਾਸੀ ਲੱਗਿਆ ਬੰਦਾ ਦੱਸਦਾ ਨਹੀਂ ਕਿਉਂਕਿ ਸਟੇਟਸ ਲੋ ਹੁੰਦਾ ਦਿਖਾਵੇ ਨੇੜੇ ਦੇ ਰਿਸ਼ਤੇ ਨੇੜੇ ਦੇ ਰਿਸ਼ਤੇ ਕਿੰਨਾ ਫਰਕ ਪਾਦੇ ਨੇੜੇ ਦੇ ਰਿਸ਼ਤੇ 'ਚ ਵੀ ਬਹੁਤ ਫਰਕ ਪੈਂ ਗਿਆ ਹੁਣ ਤਾਂ ਇਕੱਲੇ ਸਮਝ ਲਓ ਵੀ ਤੁਹਾਡੇ ਕੋਲੇ ਤੁਹਾਡਾ ਭਰਾ ਵੀ ਨਹੀਂ ਆਉਂਦਾ ਤੁਹਾਡੀ ਭੈਣ ਵੀ ਨਹੀਂ ਆਉਂਦੀ ਮਾਪੇ ਨੂੰ ਸਭ ਨੂੰ ਭੈਣ ਭਾਈ ਨੂੰ ਸਾਂਭ ਲੋ ਤਾਂ ਜ਼ਿਆਦਾ ਵਧੀਆ ਤੇ ਨਹੀਂ ਤਾਂ ਰਿਸ਼ਤੇ ਉਲ ਡਰੇ ਮੁੱਠੀਆਂ 'ਚ ਉਮੀਦ ਅਗਲੀ ਵਾਰ ਇਤERNAL ਫਿਰ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਆਂਦਾ ਤੁਹਾਨੂੰ ਅਗਲੀ ਵਾਰੀ ਇਸ ਤਰ੍ਹਾਂ ਦੀ 17 ਹੋਰ ਸਰੰਦੀ ਕੋਸ਼ਿਸ਼ ਜਰੂਰ ਜਰੂਰ ਸਾਰੇ ਦਰਸ਼ਕਾਂ ਦਾ ਧੰਨਵਾਦ ਥੈਂਕ ਯੂ ਜੇ ਅੱਛਾ ਲੱਗਿਆ ਹੋਵੇ ਅਦਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਬਿਕੋਜ਼ ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਆਉਂਦੀਆਂ ਰਹਿਣਗੀਆਂ ਇਸ ਤਰ੍ਹਾਂ ਦੇ ਕਲਾਕਾਰ ਤਰਤੀਰਾ ਜੁੜੇ ਕਲਾਕਾਰ ਵਧੀਆ ਕਲਾਕਾਰ ਲਿਆਉਂਦੇ ਰਵਾਂਗੇ ਧੰਨਵਾਦ